ਹੁਣ ਸੁਣੋ ਸਟੂਡੀਓ 7 ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫਾਲੋ ਕਰੋ। ਤੁਸੀਂ ਸੁਣ ਰਹੇ ਹੋ ਬੀ ਸੋਸ਼ਲ ਪੋਡਕਾਸਟ। ਬੀ ਸੋਸ਼ਲ ਪੋਡਕਾਸਟ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਤੇ ਬੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ 7 ਦੇ ਵਿੱਚ ਅੱਜ ਤੁਸੀਂ ਸੁਣਨ ਜਾ ਰਹੇ ਹੋ ਪਰਵੇਜ਼ ਸੰਧੂ ਹੋਰਾਂ ਦੀ ਲਿਖੀ ਕਹਾਣੀ ਚਾਬੀ। ਉਹਨੂੰ ਮਹਿਸੂਸ ਹੋਇਆ ਜਿਵੇਂ ਘਰ ਤੋਂ ਬਾਹਰਲੀ ਬਰਫ਼ ਦਾ ਇੱਕ ਗੋਲਾ ਉਹਦੇ ਸਿਰ ਵਿੱਚੋਂ ਪਿਘਲਦਾ ਹੋਇਆ ਡਿੱਗੇ ਫਰਸ਼ 'ਤੇ ਫੈਲ ਗਿਆ ਹੋਵੇ ਅਤੇ ਦੁੱਧ ਚਿੱਟੀਆਂ ਕੰਧਾਂ 'ਤੇ ਪਸਰਿਆ ਹਨੇਰਾ ਹੌਲੀ ਹੌਲੀ ਸਰਕਦਾ ਉਹਦੀਆਂ ਅੱਖਾਂ ਦੇ ਕੋਇਆਂ ਵਿੱਚ ਆ ਕੇ ਅਟਕ ਗਿਆ ਹੋਵੇ। ਉਹਦੀ ਰੂਹ ਦਾ ਕੋਈ ਕੋਨਾ ਭੁੱਬੀ ਰੋਣ ਨੂੰ ਕਰਦਾ ਸੀ ਪਰ ਘੂਕ ਸੁੱਤੇ ਪਏ ਘਰ ਦੀ ਚੁੱਪ ਉਹਨੂੰ ਜਿਵੇਂ ਘੂਰ ਕੇ ਚੁੱਪ ਕਰਾ ਦਿੰਦੀ। ਅੱਜ ਦੀ ਰਾਤ ਉਹਨੂੰ ਕੁਝ ਜ਼ਿਆਦਾ ਹੀ ਠਰੀ ਠਰੀ ਜਾਪ ਰਹੀ ਸੀ। ਪਤਾ ਨਹੀਂ ਕਿਉਂ ਉਹਨੂੰ ਲੱਗ ਰਿਹਾ ਸੀ ਜਿਵੇਂ ਉਹ ਬਿਨਾਂ ਛੱਤ ਦੇ ਮਕਾਨ ਦੇ ਅੰਦਰ ਬੈਠੀ ਹੋਵੇ ਅਤੇ ਅਸਮਾਨਾਂ ਤੋਂ ਡਿੱਗਦਾ ਇੱਕ ਇੱਕ ਬਰਫ਼ ਦਾ ਫੰਬਾ ਉਹਦੀ ਰੂਹ ਨੂੰ ਠੰਡਾ ਠਾਰ ਕਰਦਾ ਜਾ ਰਿਹਾ ਹੋਵੇ। ਇੰਨੀ ਠੰਡ ਤਾਂ ਉਹਨੇ ਕਦੇ ਆਪਣੀ ਜ਼ਿੰਦਗੀ 'ਚ ਦੇਖੀ ਹੀ ਨਹੀਂ ਸੀ। ਉਹ ਇਸ ਕੈਨੇਡਾ ਦੀ ਬਰਫ਼ 'ਚ ਜੰਮੀ ਪਲੀ ਸੀ ਪਰ ਅੱਜ ਖਬਰੇ ਕਿਉਂ ਉਹਨੂੰ ਨਿੱਘ ਮਹਿਸੂਸ ਹੀ ਨਹੀਂ ਸੀ ਹੋ ਰਿਹਾ। ਛੱਤ ਦੀਆਂ ਝੀਤਾਂ ਵਿੱਚੋਂ ਫਰਾਟੇ ਮਾਰਦਾ ਹੀਟਰ ਆਪਣੇ ਵਕਤ ਨਾਲ ਚੱਲਦਾ ਅਤੇ ਬੰਦ ਹੋ ਜਾਂਦਾ ਪਰ ਉਹਦੇ ਹੱਡਾਂ ਦੀ ਠੰਡ ਵੱਧਦੀ ਹੀ ਜਾ ਰਹੀ ਸੀ। ਮੰਮੀ ਨੇ ਅੱਜ ਵੀ ਸੌਣ ਤੋਂ ਪਹਿਲਾਂ ਕਿਹਾ ਸੀ ਕਿ ਸ਼ਾਇਨਾ ਪੁੱਤ ਆ ਜਾ ਮੇਰੇ ਨਾਲ ਲੰਮੀ ਪੈ ਜਾ। ਇੰਨੀ ਗੱਲ ਕਹਿ ਕੇ ਮੰਮੀ ਚੁੱਪ ਜਿਹੀ ਹੋ ਗਈ ਸੀ। ਅੱਜ ਮੰਮੀ ਦੇ ਬੋਲਾਂ ਵਿੱਚੋਂ ਨਿੱਘ ਨਹੀਂ ਸੀ ਜਿਹੜਾ ਨਿੱਘ 15 ਦਿਨ ਪਹਿਲਾਂ ਉਹਨੇ ਮਹਿਸੂਸ ਕੀਤਾ ਸੀ ਅਤੇ ਸ਼ਾਇਨਾ ਨੂੰ ਯਾਦ ਆਇਆ ਜਦੋਂ 15 ਦਿਨ ਪਹਿਲਾਂ ਉਹ ਮੰਮੀ ਦੇ ਘਰ ਮੁੜੀ ਸੀ ਤਾਂ ਇਉਂ ਹੀ ਫਰਸ਼ 'ਤੇ ਰਜਾਈ ਸੁੱਟ ਕੇ ਸੌਣ ਲੱਗੀ ਨੂੰ ਮੰਮੀ ਨੇ ਕਿੰਨੀ ਵਾਰ ਕਿਹਾ ਸੀ ਪੁੱਤ ਮੇਰੇ ਨਾਲ ਪੈ ਜਾ ਇੱਥੇ ਫਰਸ਼ 'ਤੇ ਸੁੱਤੀ ਪਈ ਚੰਗੀ ਨਹੀਂ ਲੱਗਦੀ ਸੁੱਖ ਨਾਲ ਤੇਰਾ ਆਪਣਾ ਘਰ ਹੈ। ਨਹੀਂ ਮਾਂ ਮੈਂ ਇੱਥੇ ਹੀ ਠੀਕ ਹਾਂ। ਉਸ ਦਿਨ ਇਹ ਗੱਲ ਕਹਿੰਦਿਆਂ ਉਹਦਾ ਦਿਲ ਨਹੀਂ ਸੀ ਹਿੱਲਿਆ ਇਸ ਕਰਕੇ ਕਿ ਮੰਮੀ ਦੇ ਸ਼ਬਦਾਂ ਵਿੱਚ ਅੰਨੀ ਅਪਣੱਤ ਸੀ ਅਤੇ ਸ਼ਾਇਦ ਉਸ ਦਿਨ ਉਹਨੂੰ ਜਾਪਿਆ ਸੀ ਕਿ ਇੱਕ ਅੱਧ ਦਿਨ ਦੀ ਤਾਂ ਗੱਲ ਹੈ ਇੱਕ ਦੋ ਦਿਨ ਬਾਅਦ ਵੰਸ਼ ਆਏਗਾ ਅਤੇ ਉਹਨੂੰ ਆਪਣੇ ਘਰ ਮੁੜਨ ਲਈ ਮਨਾ ਕੇ ਲੈ ਜਾਵੇਗਾ। ਕਈ ਸਾਲਾਂ ਤੋਂ ਇੰਝ ਹੀ ਤਾਂ ਹੁੰਦਾ ਆਇਆ ਹੈ। ਉਹ ਗੁੱਸੇ ਹੋ ਕੇ ਪੇਕੇ ਆਉਂਦੀ ਅਤੇ ਵੰਸ਼ ਉਹਨੂੰ ਮੋੜ ਕੇ ਲੈ ਜਾਂਦਾ ਪਰ ਅੱਜ 15 ਦਿਨ ਹੋ ਗਏ ਸੀ ਨਾ ਉਹ ਆਇਆ ਅਤੇ ਨਾ ਸ਼ਾਇਨਾ ਆਪਣਾ ਈਗੋ ਮਾਰ ਕੇ ਆਪਣੇ ਘਰ ਨੂੰ ਮੁੜੀ। ਦੋਵੇਂ ਆਪੋ ਆਪਣੀ ਥਾਂ 'ਤੇ ਅੜੇ ਹੋਏ ਸਨ। ਅੱਜ ਉਹਨੂੰ ਮਹਿਸੂਸ ਹੋਇਆ ਸੀ ਜਿਵੇਂ 15 ਦਿਨਾਂ ਬਾਅਦ ਮੰਮੀ ਦੇ ਮੂੰਹ ਭਿੱਜੇ ਬੋਲ ਵੀ ਜ਼ੁਬਾਨ 'ਤੇ ਆਉਣ ਨੂੰ ਡਰ ਰਹੇ ਸੀ। ਕਿੰਨਾ ਕੁਝ ਬਦਲ ਗਿਆ ਸੀ। ਅਜੇ 10 ਵਰੇ ਪਹਿਲਾਂ ਹੀ ਤਾਂ ਉਹ ਵਿਆਹੀ ਗਈ ਸੀ। 10 ਸਾਲ ਪਹਿਲਾਂ ਤਾਂ ਇਹ ਘਰ ਅਜਿਹਾ ਨਹੀਂ ਸੀ। ਉਹਨੇ ਇੱਕ ਡਰੂ ਜਿਹਾ ਹੌਂਕਾ ਭਰਿਆ ਜਿਵੇਂ ਉਹਦੇ ਹੌਂਕੇ ਨੂੰ ਵੀ ਪਤਾ ਸੀ ਕਿ ਅੱਜ ਇਹਨਾਂ ਕੰਧਾਂ ਨੂੰ ਵੀ ਉਹਦੀ ਪਛਾਣ ਭੁੱਲ ਗਈ ਹੈ। ਸ਼ਾਇਨਾ ਨੇ ਹਨੇਰੇ ਵਿੱਚ ਘਰ ਦਾ ਜਾਇਜ਼ਾ ਲਿਆ। ਬੰਦ ਦਰਵਾਜ਼ਿਆਂ ਦੇ ਅੰਦਰ ਸੁੱਤੇ ਪਏ ਘਰ ਦੇ ਜੀਆਂ ਬਾਰੇ ਸੋਚਿਆ। 7 ਬੈੱਡਰੂਮ ਦਾ ਮਹਿਲ ਜਿੱਡਾ ਘਰ ਜਿੱਥੇ ਉਹਦਾ ਬਚਪਨ ਬੀਤਿਆ ਸੀ ਅਤੇ ਉਹਨੂੰ ਯਾਦ ਆਇਆ ਜਿਸ ਦਿਨ ਇਹ ਘਰ ਉਹਦੇ ਡੈਡ ਨੇ ਖਰੀਦਿਆ ਸੀ ਉਦੋਂ ਮਸਾਂ 12 ਕੁ ਸਾਲਾਂ ਦੀ ਸੀ। ਵੱਡੇ ਭੈਣ ਭਰਾਵਾਂ ਨਾਲ ਲੜ ਕੇ ਉਹਨੇ ਸਭ ਤੋਂ ਸੋਹਣਾ ਬੈੱਡਰੂਮ ਮੰਨ ਲਿਆ ਸੀ। ਭਾਵੇਂ ਵੱਡਾ ਭਰਾ ਉੱਪਰੋਂ ਉੱਪਰੋਂ ਬਹੁਤ ਖਿਝਿਆ ਸੀ ਵੱਡੀ ਭੈਣ ਨੇ ਵੀ ਨਾਰਾਜ਼ਗੀ ਦਿਖਾਈ ਸੀ ਪਰ ਫਿਰ ਵੀ ਅੰਦਰੋਂ ਅੰਦਰ ਦੋਵਾਂ ਨੇ ਇੱਕੋ ਗੱਲ ਸੋਚੀ ਸੀ ਕਿ ਚਲੋ ਕੋਈ ਨਾ ਨਿਆਣੀ ਆ ਛੋਟੀ ਹੈ ਅਤੇ ਮੰਮੀ ਨੇ ਵੀ ਲਾਡਲੀ ਧੀ ਦੀਆਂ ਰੀਝਾਂ ਦਾ ਬੈੱਡਰੂਮ ਸੈੱਟ ਖਰੀਦ ਕੇ ਬੈੱਡਰੂਮ ਸਜਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡੀ। ਅਤੇ ਅੱਜ ਉਹ ਉਸੇ ਕਮਰੇ ਦੇ ਬਾਹਰ ਹਾਲਵੇ ਦੀ ਫਰਸ਼ 'ਤੇ ਸੁੰਗੜੀ ਪਈ ਸੀ ਇੱਕ ਗਰੀਬਣੀ ਜਿਹੀ ਕਿਸੇ ਮੰਗਤੀ ਵਾਂਗ ਸੜਕ ਦੇ ਕਿਨਾਰੇ 'ਤੇ। ਉਹਦਾ ਉਹੀ ਕਮਰਾ ਵੱਡੇ ਭਤੀਜੇ ਨੇ ਕਦੋਂ ਦਾ ਮੰਨ ਲਿਆ ਸੀ। ਸੜਕ ਦਾ ਕਿਨਾਰਾ ਸੋਚ ਕੇ ਉੱਤਰ ਅੰਦਰੋਂ ਕੰਬ ਕੇ ਹੋਰ ਵੀ ਸੁੰਗੜ ਗਈ ਅਤੇ ਉਹਦੀਆਂ ਅੱਖਾਂ ਦੇ ਕੋਇਆਂ ਵਿੱਚ ਅਟਕੇ ਹੋਏ ਹੰਝੂਆਂ ਦੀ ਡਾਰ ਬੇਮੁਹਾਰੀ ਵਹਿ ਤੁਰੀ। ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਪਿਛਲੇ 15 ਦਿਨਾਂ ਨੂੰ ਕਿਵੇਂ ਆਪਣੀ ਜ਼ਿੰਦਗੀ ਵਿੱਚੋਂ ਮਨਫੀ ਕਰੇ। ਸਿਰਫ ਮਨਫੀ ਹੀ ਨਹੀਂ ਸਗੋਂ ਇਹਨਾਂ ਦਿਨਾਂ ਦੀ ਯਾਦ ਹੀ ਮਿਟਾ ਦੇਵੇ। ਕਹਿਣ ਨੂੰ ਤਾਂ ਸਿਰਫ 15 ਦਿਨ ਹੀ ਸਨ ਪਰ ਸ਼ਾਇਨਾ ਨੇ ਪੂਰੀ ਦੀ ਪੂਰੀ ਜ਼ਿੰਦਗੀ ਦਾ ਸਬਕ ਸਿੱਖ ਲਿਆ ਸੀ। ਉਹ ਸਬਕ ਜਿਹੜਾ ਉਹ ਪਹਿਲਾਂ ਕਦੇ ਵੀ ਸਿੱਖ ਨਹੀਂ ਸੀ ਸਕੀ ਅਤੇ ਠੁਰ ਠੁਰ ਕਰਦੀ ਉਹਦੀ ਦੇਹ ਵਿੱਚੋਂ ਰੂਹ ਨਿਕਲ ਕੇ ਪਿਛਾਂ ਪਰਤ ਗਈ। ਇਹ ਘਰ ਉਹਦਾ ਆਪਣਾ ਹੀ ਤਾਂ ਸੀ ਜੋ ਮਨ ਆਇਆ ਕਰਦੀ ਸੀ। ਮਾਂ ਦੇ ਗਲ ਗੁੱਠਾ ਦੇ ਕੇ ਉਹਨੂੰ ਕੁਝ ਵੀ ਮਨਵਾ ਲੈਂਦੀ ਸੀ। ਘਰ ਦੇ ਇਕੱਲੇ ਇਕੱਲੇ ਜੀ ਦੀ ਲਾਡਲੀ ਸ਼ਾਇਨਾ ਅੱਜ ਉਸੇ ਘਰ ਦੀ ਬੇਗਾਨੀ ਜਿਹੀ ਬਣੀ ਬੈਠੀ ਸੀ ਜਦਕਿ ਉਹਦਾ ਆਪਣਾ ਵੀ ਇੱਕ ਘਰ ਇਸੇ ਸ਼ਹਿਰ ਦੇ ਦੂਜੇ ਪਾਸੇ ਸ਼ਾਇਦ ਉਹਦੀ ਉਡੀਕ ਕਰ ਰਿਹਾ ਸੀ ਜਾਂ ਸ਼ਾਇਦ ਹੁਣ ਉਸ ਘਰ ਨੂੰ ਉਹਦੀ ਕੋਈ ਲੋੜ ਹੀ ਨਹੀਂ ਸੀ ਰਹੀ।
ਇਹ ਸੋਚ ਕੇ ਉਹ ਉਦਾਸ ਹੋ ਗਈ। ਹੁਣ ਤੱਕ ਵੰਸ਼ ਨੂੰ ਆਉਣਾ ਚਾਹੀਦਾ ਸੀ। ਇੰਨੇ ਦਿਨ ਤਾਂ ਉਹਨੇ ਕਦੀ ਵੀ ਸ਼ਾਇਨਾ ਬਿਨਾਂ ਕੱਟੀ ਨਹੀਂ ਸੀ ਅਤੇ ਵੰਸ਼ ਬਿਨਾਂ ਉਹ ਆਪ ਵੀ ਕਿੱਥੇ ਬਚਦੀ ਸੀ। ਬਚਪਨ ਤੋਂ ਲੈ ਕੇ ਹੁਣ ਤੱਕ ਉਹ ਦੋ ਜਿਸਮ ਇੱਕ ਰੂਹ ਵਾਂਗ ਹੀ ਤਾਂ ਰਹੇ ਸਨ। ਉਦੋਂ ਸ਼ਾਇਨਾ ਦੇ ਡੈਡ ਨੇ ਇਹ ਘਰ ਨਹੀਂ ਸੀ ਖਰੀਦਿਆ। ਪੁਰਾਣੇ ਘਰ ਦੇ ਗੁਆਂਢ ਵਿੱਚ ਵੰਸ਼ ਅਤੇ ਉਹਦੇ ਮੰਮੀ ਡੈਡੀ ਰਹਿੰਦੇ ਸਨ। ਸ਼ਾਇਨਾ ਅਤੇ ਵੰਸ਼ ਇੱਕੋ ਸਕੂਲ ਜਾਂਦੇ ਸਨ। ਸਕੂਲ ਤੋਂ ਬਾਅਦ ਇਕੱਠਿਆਂ ਨੇ ਖੇਡਣਾ, ਕਦੇ ਲੜਨਾ ਝਗੜਨਾ, ਫਿਰ ਮੰਨ ਜਾਣਾ ਅਤੇ ਬਹੁਤੀ ਵਾਰ ਸ਼ਾਇਨਾ ਹੀ ਵੰਸ਼ ਨਾਲ ਗੁੱਸੇ ਹੁੰਦੀ ਪਰ ਵੰਸ਼ ਘੜੀ ਪਲ ਵਿੱਚ ਹੀ ਉਹਨੂੰ ਮਨਾ ਲੈਂਦਾ ਸੀ। ਵੰਸ਼ ਉਹਦਾ ਸਭ ਤੋਂ ਪਿਆਰਾ ਦੋਸਤ ਸੀ। ਗੁੱਡੀਆਂ ਪਟੋਲਿਆਂ ਨਾਲ ਖੇਡਦੀ ਸ਼ਾਇਨਾ ਨੂੰ ਪਤਾ ਹੀ ਨਾ ਲੱਗਾ ਕਦੋਂ ਵੰਸ਼ ਉੱਪਰ ਹੱਕ ਜਿਤਾਉਣ ਲੱਗ ਪਈ। ਉਸ ਵੇਲੇ ਉਹਦੀ ਨਿਆਣੀ ਉਮਰ ਨੂੰ ਜ਼ਿੰਦਗੀ ਬਾਰੇ ਕੁਝ ਨਹੀਂ ਸੀ ਪਤਾ ਅਤੇ ਸ਼ਾਇਦ ਇਹ ਤਾਂ ਬਿਲਕੁਲ ਹੀ ਨਹੀਂ ਸੀ ਪਤਾ ਕਿ ਵੰਸ਼ ਉੱਪਰ ਉਹ ਸਿਰਫ ਹੱਕ ਹੀ ਨਹੀਂ ਜਿਤਾਉਂਦੀ ਸਗੋਂ ਉਹਦੇ ਨਾਲ ਪਿਆਰ ਕਰਨ ਲੱਗ ਪਈ ਸੀ। ਜਦਕਿ ਉਹਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਇਹ ਪਿਆਰ ਨੇਪਰੇ ਚੜ੍ਹਨ ਵਾਲਾ ਨਹੀਂ ਸੀ, ਪਰ ਉਹਦੀ ਜ਼ਿੱਦ ਮੂਹਰੇ ਅੱਜ ਤੱਕ ਭਲਾ ਕੌਣ ਖੜ੍ਹਾ ਹੋ ਸਕਿਆ ਸੀ। ਬਚਪਨ ਤੋਂ ਲੈ ਕੇ ਮਿਡਲ ਸਕੂਲ ਅਤੇ ਫਿਰ ਮਿਡਲ ਤੋਂ ਲੈ ਕੇ ਹਾਈ ਸਕੂਲ ਵੰਸ਼ ਅਤੇ ਸ਼ਾਇਨਾ ਇੱਕ ਜਾਨ ਦੋ ਸਰੀਰ ਵਾਂਗ ਰਹੇ ਅਤੇ ਹੁਣ ਜਦੋਂ ਕਾਲਜ ਵਿੱਚ ਜਾਂਦਿਆਂ ਨੇ ਵਿਆਹ ਬਾਰੇ ਸੋਚਿਆ ਤਾਂ ਦੋਵੇਂ ਟੱਬਰ ਇੱਕ ਦੂਜੇ ਦੇ ਖਿਲਾਫ ਖੜ੍ਹੇ ਸਨ। ਇਸ ਗੱਲ ਦੀ ਤਾਂ ਦੋਵਾਂ ਨੂੰ ਹੀ ਸਮਝ ਨਹੀਂ ਸੀ ਕਿ ਉਹਨਾਂ ਨੇ ਕਿਹੜੀ ਗਲਤੀ ਕੀਤੀ ਸੀ। ਸ਼ਾਇਨਾ ਦੀ ਮਾਂ ਹਮੇਸ਼ਾ ਕਹਿੰਦੀ ਸੀ, ਪੁੱਤ ਬਸ ਇੰਨਾ ਧਿਆਨ ਰੱਖੀ, ਜੇ ਕੋਈ ਮੁੰਡਾ ਪਸੰਦ ਵੀ ਕਰਨਾ ਹੋਇਆ ਤਾਂ ਆਪਣਾ ਹੋਵੇ, ਕੋਈ ਗੋਰਾ ਕਾਲਾ ਨਾ ਲੱਭ ਲਿਆਵੇਂ। ਦੇਖ ਲੈ ਤੇਰੇ ਬਾਬਾ ਜੀ ਗੁਰਦੁਆਰੇ ਦੇ ਪ੍ਰਧਾਨ ਨੇ, ਉਹਨਾਂ ਨੂੰ ਇਸ ਉਮਰੇ ਖੱਜਲ ਨਾ ਕਰੀ। ਸ਼ਾਇਨਾ ਹੈਰਾਨ ਹੁੰਦੀ ਕਿ ਵੱਡੀ ਭੈਣ ਅਤੇ ਭਰਾ ਨੂੰ ਕਦੇ ਮਾਂ ਨੇ ਅਜਿਹੀਆਂ ਨਸੀਹਤਾਂ ਨਹੀਂ ਸੀ ਦਿੱਤੀਆਂ। ਪਰ ਉਹਦੀ ਵਾਰੀ ਜਿਵੇਂ ਮਾਂ ਦੇ ਲੈਕਚਰ ਮੁੱਕਣ ਵਿੱਚ ਹੀ ਨਹੀਂ ਸੀ ਆਉਂਦੇ, ਉੱਠਦੀ ਬੈਠਦੀ ਇੱਕੋ ਰੱਟ ਲਾਈ ਰੱਖਦੀ ਸੀ, ਮਾਂ ਆਈ ਨੋ ਕਹਿ ਕੇ ਉਹ ਮਾਂ ਤੋਂ ਛੁਟਕਾਰਾ ਪਾ ਲੈਂਦੀ, ਕਿਉਂਕਿ ਉਹਨੂੰ ਪਤਾ ਸੀ ਕਿ ਵਿਆਹ ਤਾਂ ਉਹ ਆਪਣੇ ਮੁੰਡੇ ਨਾਲ ਹੀ ਕਰੇਗੀ। ਪਰ ਮਾਂ ਨੂੰ ਅਜੇ ਨਾ ਦੱਸਣ ਦੀ ਸਲਾਹ ਵੰਸ਼ ਅਤੇ ਸ਼ਾਇਨਾ ਦੋਵਾਂ ਰਲ ਕੇ ਕੀਤੀ ਸੀ ਅਤੇ ਹਾਈ ਸਕੂਲ ਵਿੱਚੋਂ ਨਿਕਲ ਕੇ ਕਾਲਜ ਦੇ ਪਹਿਲੇ ਸਾਲ ਹੀ ਦੋਵਾਂ ਨੇ ਆਪੋ ਆਪਣੇ ਘਰ ਦੱਸਣ ਦਾ ਫੈਸਲਾ ਕਰ ਲਿਆ ਸੀ। ਸ਼ਾਇਨਾ ਨੂੰ ਉਹ ਰਾਤ ਅਜੇ ਕੱਲ੍ਹ ਵਾਂਗ ਯਾਦ ਹੈ ਜਦੋਂ ਡਿਨਰ ਟੇਬਲ 'ਤੇ ਬੈਠੀ ਮਾਂ ਨੂੰ ਕਿਹਾ ਸੀ, ਮਾਂ ਆਈ ਫਾਊਂਡ ਸਮਵਨ ਅਤੇ ਮੈਂ ਵਿਆਹ ਕਰਾਉਣਾ ਚਾਹੁੰਦੀ ਹਾਂ। ਅਜੇ ਕਾਲਜ ਦੀ ਪੜ੍ਹਾਈ ਕਰ ਲੈ, ਹੁਣੇ ਵਿਆਹ। ਮਾਂ ਤੋਂ ਪਹਿਲਾਂ ਡੈਡ ਨੇ ਜਿਵੇਂ ਚੀਕਦੇ ਜਿਹੇ ਕਿਹਾ ਸੀ, ਨੋ ਡੈਡ ਆਈ ਵਾਂਟ ਟੂ ਮੈਰੀ ਨਾਓ, ਪੜ੍ਹਾਈ ਮੈਂ ਨਾਲੋਂ ਨਾਲ ਕਰ ਲਵਾਂਗੀ। ਕਿਸੇ ਡਰ ਪੈ ਤੋਂ ਬਿਨਾਂ ਸ਼ਾਇਨਾ ਅਡੋਲ ਰਹੀ ਸੀ, ਪੁੱਤ ਜੇ ਕੁੜੀ ਆਪ ਕਹਿੰਦੀ ਹੈ ਤਾਂ ਕਰ ਦਿਓ ਵਿਆਹ, ਕੱਲ੍ਹ ਨੂੰ ਕੋਈ 19-21। ਸ਼ਾਇਨਾ ਦੇ ਦਾਦਾ ਜੀ ਨੇ ਗੱਲ ਵਿੱਚੋਂ ਅਧੂਰੀ ਛੱਡ ਦਿੱਤੀ ਸੀ, ਪਰ ਬਾਪੂ ਜੀ ਅਜੇ ਵੱਡੀ ਦਾ ਵਿਆਹ ਨਹੀਂ ਹੋਇਆ। ਸ਼ਾਇਦ ਸ਼ਾਇਨਾ ਦੇ ਡੈਡ ਦਾ ਫਿਕਰ ਵੀ ਆਪਣੀ ਥਾਂ 'ਤੇ ਠੀਕ ਸੀ, ਪਰ ਸ਼ਾਇਨਾ ਕਿੱਥੇ ਮੰਨਣ ਵਾਲੀ ਸੀ। ਦਿਸ ਇਜ਼ ਮਾਈ ਲਾਈਫ, ਮੈਂ ਉਹੀ ਕਰਾਂਗੀ ਜੋ ਮੈਨੂੰ ਚੰਗਾ ਲੱਗਦਾ। ਅਤੇ ਸ਼ਾਇਨਾ ਉਸ ਰਾਤ ਪੈਰ ਪਟਕਦੀ ਡਾਇਨਿੰਗ ਟੇਬਲ ਤੋਂ ਭੁੱਖੀ ਉੱਠ ਕੇ ਆਪਣੇ ਕਮਰੇ ਨੂੰ ਜਿੰਦਰਾ ਮਾਰ ਕੇ ਬੈਠੀ ਰਹੀ ਸੀ। ਦੂਜੇ ਦਿਨ ਮਸਾਂ ਮਾਂ ਨੇ ਲਾਡ ਨਾਲ ਉਹਨੂੰ ਮਨਾਇਆ ਸੀ, ਤੂੰ ਫਿਕਰ ਨਾ ਕਰ, ਮੈਂ ਤੇਰੇ ਡੈਡ ਨਾਲ ਗੱਲ ਕਰਦੀ ਹਾਂ, ਪੁੱਤ ਐਂ ਭੁੱਖੀ ਰਹੇਗੀ ਤਾਂ ਮੇਰੇ ਵੀ ਗ੍ਰਾਹੀ ਨਹੀਂ ਲੰਘਣੀ। ਮਾਂ ਨੇ ਘੁੱਟ ਕੇ ਢਿੱਡ ਨਾਲ ਲਾਉਂਦਿਆਂ ਉਹਦਾ ਮੱਥਾ ਚੁੰਮਿਆ ਸੀ, ਮੋਮ ਇਹ ਗੱਲ ਡੈਡ ਨੂੰ ਕਲੀਅਰ ਕਰ ਦੇ, ਮੈਂ ਵਿਆਹ ਤਾਂ ਵੰਸ਼ ਨਾਲ ਹੀ ਕਰਨਾ। ਹੈ ਵੰਸ਼ ਨਾਲ? ਇਹ ਤੈਨੂੰ ਕੀ ਲੋੜਾ ਆ ਗਿਆ, ਕੋਈ ਹੋਰ ਮੁੰਡਾ ਨਹੀਂ ਲੱਭਿਆ? ਮਾਂ ਝਟਕੇ ਨਾਲ ਸ਼ਾਇਨਾ ਨੂੰ ਪਰਾਂ ਕਰਕੇ ਬੋਲੀ ਸੀ ਅਤੇ ਸ਼ਾਇਦ ਉਹ ਪਹਿਲਾ ਦਿਨ ਸੀ ਜਦੋਂ ਮਾਂ ਸ਼ਾਇਨਾ ਨੂੰ ਉੱਚੀ ਬੋਲੀ ਸੀ, ਵਟ ਦਾ ਹੈਲ ਇਜ਼ ਦਿਸ ਲੋੜਾ ਨਾਓ। ਮਾਂ ਦਾ ਇਉਂ ਝਟਕੇ ਨਾਲ ਉੱਠਣਾ ਉਹਨੂੰ ਸਮਝ ਨਹੀਂ ਸੀ ਆਇਆ। ਨਿੱਕੇ ਹੁੰਦੇ ਤੋਂ ਵੰਸ਼ ਉਹਦਾ ਦੋਸਤ ਸੀ, ਪਰ ਹੁਣ ਵਿਆਹ ਦੇ ਨਾਂ 'ਤੇ ਮਾਂ ਦਾ ਇਹ ਵਰਤਾਵ ਉਹਨੂੰ ਸਮਝ ਨਹੀਂ ਸੀ ਆਇਆ। ਚੰਦਰੀਏ ਤੈਨੂੰ ਕੋਈ ਹੋਰ ਮੁੰਡਾ ਨਹੀਂ ਸੀ ਲੱਭਾ? ਮੋਮ ਵਟ ਆਰ ਯੂ ਟਾਕਿੰਗ ਅਬਾਊਟ, ਹੀ ਇਜ਼ ਆਪਣਾ ਮੁੰਡਾ। ਅਤੇ ਫਿਰ ਅਗਲੇ 2 ਮਹੀਨੇ ਘਰ ਵਿੱਚ ਰੱਫੜ ਪਿਆ ਰਿਹਾ ਸੀ, ਇਹਨੂੰ ਪੋਤਨੀ ਨੂੰ ਇੰਡੀਆ ਲਿਜਾ ਕੇ ਇਹਦਾ ਫਾਹਾ ਵੱਢ, ਜੇ ਨਹੀਂ ਮੰਨਦੀ ਗਲ ਘੁੱਟ ਕੇ ਮਾਰ ਦੇ, ਇਹਨੂੰ ਹੋਰ ਸਿਰ ਚੜਾ, ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਕਿ ਕੁੜੀਆਂ ਨੂੰ ਇਹ ਰਿਹਾਗਾਂ ਵਾਂਗੂ ਨਹੀਂ ਛੱਡੀਦਾ। ਖਿਝੀ ਹੋਈ ਦਾਦੀ ਸ਼ਾਇਨਾ ਦੀ ਮਾਂ ਨੂੰ ਟੁੱਟ ਟੁੱਟ ਪੈਂਦੀ, ਤੂੰ ਦੱਸ ਮੈਂ ਹੁਣ ਆਹ ਗਾਤਰਾ ਪਾ ਕੇ ਗੁਰਦੁਆਰੇ ਕਿਵੇਂ ਜਾਊਂ, ਲੋਕਾਂ ਨੇ ਕਹਿਣਾ ਸਰਦਾਰ ਬਿਸ਼ਨ ਸਿੰਘ ਦੀ ਪੋਤੀ ਨੇ ਬਾਹਮਣਾਂ ਦੇ ਮੁੰਡੇ ਨਾਲ ਵਿਆਹ ਕਰਾ ਲਿਆ। ਦਾਦਾ ਸ਼ਾਇਨਾ ਦੇ ਡੈਡ ਨੂੰ ਝਈਆਂ ਲੈ ਲੈ ਪੈਂਦਾ ਅਤੇ ਮੰਮੀ ਅੰਦਰ ਵੜ ਵੜ ਸ਼ਾਇਨਾ ਨੂੰ ਸਮਝਾਉਂਦੀ, ਪਰ ਉਹਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਜਿਹੜੀ ਮਾਂ ਬਚਪਨ ਤੋਂ ਲੈ ਕੇ ਆਪਣਾ ਮੁੰਡਾ ਹੋਵੇ ਤਾਂ ਪਾਠ ਪੜ੍ਹਾਉਂਦੀ ਰਹੀ ਸੀ ਉਹਨੂੰ ਅੱਜ ਅਚਾਨਕ ਹੋ ਕੀ ਗਿਆ ਸੀ। ਉਹੀ ਵੰਸ਼ ਜਿਹੜਾ ਨਿੱਕੇ ਹੁੰਦਿਆਂ ਸਾਰਾ ਦਿਨ ਮਾਂ ਦੀ ਚੁੰਨੀ ਦਾ ਲੜ ਫੜ ਕੇ ਭੱਜਿਆ ਫਿਰਦਾ ਰਹਿੰਦਾ ਸੀ
ਅਤੇ ਉਹੀ ਮਾਂ ਜਿਹੜੀ ਵੰਸ਼ ਨੂੰ ਪੁੱਤ ਪੁੱਤ ਕਰਦੀ ਥੱਕਦੀ ਨਹੀਂ ਸੀ। ਅੱਜ ਅਚਾਨਕ ਸਾਰੇ ਟੱਬਰ ਨੂੰ ਕੀ ਹੋ ਗਿਆ ਸੀ? ਸਿਰਫ ਸ਼ਾਇਨਾ ਦਾ ਟੱਬਰ ਹੀ ਨਹੀਂ, ਦੂਜੇ ਪਾਸੇ ਵੰਸ਼ ਦਾ ਪਰਿਵਾਰ ਵੀ ਬੂਹੇ ਭੇੜ ਕੇ ਬਹਿ ਗਿਆ ਸੀ ਅਤੇ ਦੋਵੇਂ ਬੱਚੇ ਇਹ ਗੱਲ ਸਮਝ ਨਹੀਂ ਸੀ ਪਾ ਰਹੇ ਕਿ ਅਚਾਨਕ ਕੀ ਹੋ ਗਿਆ। ਉਹ ਸਰਦਾਰਾਂ ਦੀ ਧੀਏ, ਸਰਦਾਰ ਮੀਟ ਖਾਂਦੇ ਅਤੇ ਸ਼ਰਾਬਾਂ ਪੀਂਦੇ ਨੇ ਅਤੇ ਅਸੀਂ ਪੰਡਤਾਂ ਦੇ ਖਾਨਦਾਨੀ ਲੋਕ ਹੁੰਦੇ ਹਾਂ। ਇਹ ਰਿਸ਼ਤਾ ਦੋਸਤੀ ਤੱਕ ਹੀ ਠੀਕ ਹੈ, ਵਿਆਹ ਸ਼ਾਦੀਆਂ ਲਈ ਜਾਤ ਬਰਾਦਰੀ ਦੇਖਣੀ ਪੈਂਦੀ ਹੈ। ਵੰਸ਼ ਦੀ ਮਾਂ ਨੇ ਇੱਕ ਟੁੱਕ ਗੱਲ ਸੁਣਾ ਦਿੱਤੀ ਸੀ। ਦੋਵਾਂ ਘਰਾਂ ਵਿੱਚ 2 ਮਹੀਨੇ ਤੱਕ ਕਿਸੇ ਨੇ ਚੱਜ ਨਾਲ ਖਾਧਾ ਪੀਤਾ ਨਹੀਂ ਸੀ। ਸ਼ਾਇਨਾ ਦੇ ਦਾਦਾ ਜੀ ਕਈ ਵਾਰ ਉਹਨੂੰ ਗੁਰਦੁਆਰੇ ਲੈ ਕੇ ਜਾਂਦੇ, ਗੁਰੂਆਂ ਦੀਆਂ ਸਾਖੀਆਂ ਦਾ ਵਾਸਤਾ ਦੇ ਕੇ ਮਿੰਨਤ ਤਰਲਾ ਕਰਦੇ। ਦਾਦੀ ਲੰਘਦੀ ਵੜਦੀ ਸ਼ਾਇਨਾ ਨੂੰ ਕੋਈ ਨਾ ਕੋਈ ਮਿਹਣਾ ਜਿਹਾ ਮਾਰ ਦਿੰਦੀ। ਸਿਰਮੁੰਨੀ ਨੂੰ ਮਾਂ ਨੇ ਸਿਰ ਚੜਾਇਆ ਹੋਇਆ, ਮੇਰਾ ਤਾਂ ਜੀ ਕਰਦਾ ਪਿੰਡ ਲੈ ਜਾਂ, ਉੱਥੇ ਖੂਹ ਖਾਤੇ ਸੁੱਟ ਕੇ ਮਾਰ ਦੇਵਾਂ। ਬੇਬੇ, ਮੈਨੂੰ ਨਹੀਂ ਪਤਾ ਤੁਸੀਂ ਕੀ ਕਿਹਾ, ਪਰ ਤੁਹਾਡਾ ਮੂੰਹ ਦੇਖ ਕੇ ਲੱਗਦਾ ਕੁਝ ਚੰਗਾ ਨਹੀਂ ਕਿਹਾ ਹੋਣਾ। ਪਰ ਮੇਰੀ ਵੀ ਇੱਕ ਗੱਲ ਸੁਣ ਲਓ, ਮੈਂ ਮਰ ਭਾਵੇਂ ਜਾਵਾਂ ਪਰ ਵਿਆਹ ਵੰਸ਼ ਨਾਲ ਹੀ ਕਰਨਾ। ਸ਼ਾਇਨਾ ਹੱਸ ਕੇ ਦਾਦੀ ਨੂੰ ਛੇੜਦੀ, ਭੂਤਨੀਏ ਇਹਦੇ ਨਾਲੋਂ ਤਾਂ ਜੰਮਦੀ ਮਰ ਜਾਂਦੀ। ਦਾਦੀ ਖਿੱਚਦੀ। ਸ਼ਾਇਨਾ ਨੂੰ ਅੱਧੀਆਂ ਗੱਲਾਂ ਦੀ ਸਮਝ ਨਹੀਂ ਸੀ ਪੈਂਦੀ ਅਤੇ ਬਾਕੀ ਦੀਆਂ ਗੱਲਾਂ ਦਾ ਉਹਦੇ ਉੱਪਰ ਕੋਈ ਅਸਰ ਨਹੀਂ ਸੀ। ਦੋਵੇਂ ਪਰਿਵਾਰ ਆਪੋ ਆਪਣੇ ਥਾਵਾਂ 'ਤੇ ਸ਼ਾਇਦ ਠੀਕ ਸੀ, ਸਮਾਜ ਵਿੱਚ ਉਹਨਾਂ ਨੇ ਆਪਣੀਆਂ ਥਾਵਾਂ ਬਣਾ ਰੱਖੀਆਂ ਸਨ, ਪਰ ਵੰਸ਼ ਅਤੇ ਸ਼ਾਇਨਾ ਨੂੰ ਨਾ ਜਾਤ ਪਾਤ ਦੀ ਸਮਝ ਸੀ ਅਤੇ ਨਾ ਉਹ ਇਹਨਾਂ ਚੀਜ਼ਾਂ ਨੂੰ ਵੱਡਾ ਸਮਝਦੇ ਸੀ। ਪੁੱਤ ਅਜੇ ਵੀ ਸੋਚ ਲੈ, ਲੋਕ ਕੀ ਕਹਿਣਗੇ ਕਿ ਜੱਟਾਂ ਦੀ ਕੁੜੀ ਬਾਹਮਣਾਂ ਦੇ ਮੁੰਡੇ ਨਾਲ ਵਿਆਹ ਦਿੱਤੀ। ਸ਼ਾਇਨਾ ਦੀ ਮਾਂ ਸਾਰੀ ਸਾਰੀ ਰਾਤ ਉਹਦੇ ਕਮਰੇ ਵਿੱਚ ਗੇੜੇ ਮਾਰਦੀ, ਸਮਝਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ, ਪਰ ਸ਼ਾਇਨਾ ਟਸ ਤੋਂ ਮਸ ਨਹੀਂ ਸੀ ਹੋਈ। ਮਾਂ, ਤੁਸੀਂ ਲੋਕਾਂ ਦੀ ਫਿਕਰ ਕਿਉਂ ਕਰਦੇ ਹੋ? ਹੂ ਕੇਅਰਸ ਅਬਾਊਟ ਪੀਪਲ? ਸ਼ਾਇਨਾ ਚੀਕ ਕੇ ਬੋਲੀ, ਮੈਨੂੰ ਸਮਝ ਨਹੀਂ ਆਉਂਦੀ, ਤੁਸੀਂ ਲੋਕਾਂ ਲਈ ਜਿਉਂਦੇ ਹੋ ਜਾਂ ਆਪਣੇ ਲਈ? ਅਤੇ ਅਖੀਰ ਦੋਵਾਂ ਟੱਬਰਾਂ ਨੇ ਇੱਕ ਥਾਂ ਬੈਠ ਕੇ ਦੋਵਾਂ ਨੂੰ ਸਮਝਾਉਣਾ ਚਾਹਿਆ, ਅਸੀਂ ਕੁੜੀ ਵਾਲੇ ਹਾਂ, ਸਾਨੂੰ ਉਹਨਾਂ ਦੇ ਘਰ ਜਾਣਾ ਚਾਹੀਦਾ। ਸ਼ਾਇਨਾ ਦੀ ਮਾਂ ਨੇ ਹੌਲੀ ਜਿਹੀ ਕਿਹਾ ਸੀ, ਇਸ ਕੁੜੀ ਦੀ ਥਾਂ ਪੱਥਰ ਜੰਮ ਲੈਂਦੀ ਤਾਂ ਆਹ ਦਿਨ ਨਾ ਦੇਖਣਾ ਪੈਂਦਾ। ਦਾਦੀ ਨੇ ਇੱਕ ਵਾਰ ਫਿਰ ਨੂੰਹ ਨੂੰ ਮਿਹਣਾ ਮਾਰਿਆ ਸੀ। ਆਈ ਡੋਂਟ ਵਾਂਟ ਦਾਦੀ ਟੂ ਬੀ ਪਾਰਟ ਆਫ ਇਟ। ਸ਼ਾਇਨਾ ਨੇ ਸਿੱਧਾ ਦਾਦੀ ਦੀ ਅੱਖ 'ਚ ਅੱਖ ਪਾ ਕੇ ਦੇਖਿਆ ਸੀ। ਇਸ ਤੋਂ ਪਹਿਲਾਂ ਕਿ ਸ਼ਾਇਨਾ ਦੇ ਮਾਂ ਬਾਪ ਵੰਸ਼ ਦੇ ਘਰ ਜਾਂਦੇ, ਦਾਦਾ ਦਾਦੀ ਗੁੱਸੇ ਹੋ ਕੇ ਆਪਣੀ ਧੀ ਦੇ ਘਰ ਚਲੇ ਗਏ। ਮਾਂ ਨੇ ਉਹਨਾਂ ਨੂੰ ਬਥੇਰਾ ਰੋਕਣਾ ਚਾਹਿਆ ਪਰ ਉਹ ਨਹੀਂ ਸੀ ਰੁਕੇ। ਦੋਵਾਂ ਦੇ ਮਾਂ ਬਾਪ ਇੱਕ ਕਮਰੇ ਵਿੱਚ ਚੁੱਪ ਬੈਠੇ ਸਨ। ਦੋਵਾਂ ਟੱਬਰਾਂ ਦੀ ਇੰਨੇ ਵਰ੍ਹਿਆਂ ਤੋਂ ਜੋ ਆਪਸੀ ਸਾਂਝ ਸੀ, ਖਬਰੇ ਉਹ ਕਿੱਥੇ ਲੁਕ ਛਿਪ ਗਈ ਸੀ। ਚਾਰੇ ਜੀ ਓਪਰਿਆਂ ਵਾਂਗ ਇੱਕ ਦੂਜੇ ਦੇ ਮੂਹਰੇ ਬੈਠੇ ਸਨ। ਪਹਿਲਾਂ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਬੇਟਾ ਤੁਸੀਂ ਅੱਜ ਦੇ ਬੱਚੇ ਹੋ, ਇਹ ਗੱਲਾਂ ਤੁਹਾਡੇ ਸਮਝ ਨਹੀਂ ਆਉਣੀਆਂ, ਪਰ ਪੁੱਤ ਵਿਆਹ ਆਪਣੇ ਬਰਾਬਰ ਦੇ ਖਾਨਦਾਨ ਵਿੱਚ ਹੀ ਹੋਣਾ ਚਾਹੀਦਾ। ਸਾਡੇ ਆਪੋ ਆਪਣੇ ਰੀਤੀ ਰਿਵਾਜ਼ ਨੇ, ਆਪਣਾ ਧਰਮ, ਇਹ ਵਿਆਹ ਬਾਹਲਾ ਚਿਰ ਨਹੀਂ ਚੱਲਣਾ। ਵੰਸ਼ ਦੇ ਡੈਡੀ ਨੇ ਆਪਣਾ ਤਰਕ ਰੱਖਿਆ ਸੀ। ਡੈਡ, ਵੀ ਡੋਂਟ ਅੰਡਰਸਟੈਂਡ ਯੂਅਰ ਪੁਆਇੰਟ ਆਫ ਵਿਊ, ਪਰ ਸਾਨੂੰ ਇੰਨਾ ਪਤਾ ਕਿ ਅਸੀਂ ਦੋਵਾਂ ਨੇ ਇਕੱਠੇ ਜ਼ਿੰਦਗੀ ਜਿਉਣੀ ਹੈ। ਅਸੀਂ ਅਡਲਟ ਹਾਂ, ਕੋਰਟ ਜਾ ਕੇ ਵਿਆਹ ਕਰ ਸਕਦੇ ਹਾਂ, ਪਰ ਸਾਨੂੰ ਤੁਹਾਡੀ ਚੌਹਾਂ ਦੀ ਬਲੈਸਿੰਗ ਚਾਹੀਦੀ ਹੈ, ਐਂਡ ਦੈਟ ਇਜ਼ ਇਟ। ਸ਼ਾਇਨਾ ਅਤੇ ਵੰਸ਼ ਇੱਕ ਦੂਜੇ ਦਾ ਹੱਥ ਫੜੀ ਬੈਠੇ ਰਹੇ ਸੀ ਅਤੇ ਅਖੀਰ ਦੋਵਾਂ ਟੱਬਰਾਂ ਨੂੰ ਇੱਕ ਦੂਜੇ ਅੱਗੇ ਝੁਕਣਾ ਪਿਆ। ਕਿੰਨੀ ਦੇਰ ਇਸ ਗੱਲ 'ਤੇ ਬਹਿਸ ਹੁੰਦੀ ਰਹੀ ਸੀ ਕਿ ਦੋਵੇਂ ਕੋਰਟ ਵਿੱਚ ਵਿਆਹ ਕਰ ਲੈਣ, ਪਰ ਦੋਵਾਂ ਨੂੰ ਇਹ ਵੀ ਮਨਜ਼ੂਰ ਨਹੀਂ ਸੀ। ਅਸੀਂ ਕਿਉਂ ਚੋਰਾਂ ਵਾਂਗ ਕੋਰਟ ਵਿੱਚ ਵਿਆਹ ਕਰਾਈਏ? ਸ਼ਾਇਨਾ ਆਪਣੀ ਮਾਂ ਨੂੰ ਟੁੱਟ ਕੇ ਪੈ ਗਈ ਸੀ ਅਤੇ ਦੋਵਾਂ ਬੱਚਿਆਂ ਸਾਹਮਣੇ ਮਾਂ ਬਾਪ ਦੇ ਹਥਿਆਰ ਸੁੱਟ ਦਿੱਤੇ ਸੀ। ਸ਼ਾਇਨਾ ਨੇ ਜ਼ਿੱਦ ਨਾਲ ਆਪਣੀ ਪਸੰਦ ਅਨੁਸਾਰ ਗੁਰਦੁਆਰੇ ਵਿਆਹ ਕੀਤਾ ਅਤੇ ਗੁਰਦੁਆਰੇ ਤੋਂ ਬਾਅਦ ਮੰਦਰ ਵਿੱਚ ਫੇਰੇ ਵੀ ਹੋਏ ਸੀ। ਦੋਵਾਂ ਟੱਬਰਾਂ ਵਿੱਚੋਂ ਕੋਈ ਵੀ ਖੁਸ਼ ਨਹੀਂ ਸੀ, ਪਰ ਫਿਰ ਵੀ ਸਾਰੇ ਖੁਸ਼ ਹੋਣ ਦਾ ਦਿਖਾਵਾ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਪਰ ਵੰਸ਼ ਅਤੇ ਸ਼ਾਇਨਾ ਦੋਵੇਂ ਖੁਸ਼ ਸਨ। ਉਹਨਾਂ ਨੂੰ ਦੁਨੀਆਂ ਦੀ ਪਰਵਾਹ ਨਹੀਂ ਸੀ। ਅਤੇ ਵਕਤ ਦੇ ਨਾਲ ਸਭ ਕੁਝ ਬਦਲ ਗਿਆ। ਵੰਸ਼ ਪੁੱਤਾਂ ਵਰਗਾ ਜਵਾਈ ਅਤੇ ਸ਼ਾਇਨਾ ਧੀਆਂ ਵਰਗੀ ਨੂੰਹ ਬਣ ਗਈ ਸੀ। ਅੱਜ ਦੋਵੇਂ ਟੱਬਰ ਮਿਲ ਕੇ ਦਿਨ ਤਿਉਹਾਰ ਮਨਾਉਂਦੇ, ਕਿਸੇ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਕਿ ਕੌਣ ਸਰਦਾਰ ਜੀ ਜਾਂ ਕੌਣ ਪੰਡਿਤਾਂ ਦਾ ਟੱਬਰ ਸੀ। ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰਦਿਆਂ ਦਾ ਵਕਤ ਨਿਕਲ ਰਿਹਾ ਸੀ ਅਤੇ ਅਚਾਨਕ ਵੰਸ਼ ਅਤੇ ਸ਼ਾਇਨਾ ਦੀਆਂ ਜ਼ਿੰਦਗੀਆਂ ਨੇ ਕਿਹਾ ਮੋੜ ਲੈ ਲਿਆ ਸੀ, ਜਿਹੜਾ ਅੱਜ ਉਹ ਮੁੜ ਮਾਂ ਬਾਪ ਦੇ ਘਰ ਇਉਂ ਵਾਧੂ ਜਿਹੀ ਬਣੀ ਬੈਠੀ ਸੀ। ਫਰਸ਼ 'ਤੇ ਲੰਮੀ ਪਈ ਪਈ ਉਹ ਇੱਕਦਮ ਉੱਠੀ ਅਤੇ ਸੁੰਗੜ ਕੇ ਕੰਧ ਨਾਲ ਢੋਲਾ ਕੇ ਬੈਠ ਗਈ। ਸਾਰਾ ਘਰ ਘੂਕ ਸੁੱਤਾ ਪਿਆ ਸੀ, ਜਾਂ ਫਿਰ ਕੁਝ ਇੱਕ ਜੀ ਸੁੱਤੇ ਹੋਣ ਦਾ ਦਿਖਾਵਾ ਕਰ ਰਹੇ ਹੋਣਗੇ, ਅਤੇ ਹੋ ਸਕਦਾ ਕਿਸੇ ਨੂੰ ਇੰਨੀ ਪਰਵਾਹ ਵੀ ਨਾ ਹੋਵੇ ਕਿ ਸ਼ਾਇਨਾ ਇਕੱਲੀ ਨਿੱਘੇ ਫਰਸ਼ ਉੱਪਰ ਠੁਰ ਠੁਰ ਕਰ ਰਹੀ ਹੈ। ਅਜੇ ਕੱਲ੍ਹ ਹੀ ਤਾਂ ਉਹਦੇ ਕੰਨੀ ਛੋਟੇ ਭਤੀਜੇ ਦੀ ਗੱਲ ਪਈ ਸੀ, ਮੰਮਾ ਭੂਆ ਨੇ ਘਰ ਕਦੋਂ ਜਾਣਾ?
ਉਹ ਸਾਰਾ ਦਿਨ ਇੱਥੇ ਕਿਉਂ ਤੁਰੀ ਫਿਰਦੀ ਹੈ? ਚੁੱਪ, ਤੇਰੀ ਭੂਆ ਸੁਣ ਨਾ ਲਵੇ। ਦਿਸ ਇਜ਼ ਹਰ ਹਾਊਸ ਟੂ। ਨੋ, ਦਿਸ ਇਜ਼ ਨੋਟ ਹਰ ਹਾਊਸ, ਬੀ ਕੁਆਇਟ। ਭਰਜਾਈ ਨੇ ਮੁੰਡੇ ਦੇ ਮੂੰਹ 'ਤੇ ਹੱਥ ਰੱਖ ਦਿੱਤਾ ਸੀ, ਪਰ ਸ਼ਾਇਦ ਅੰਦਰੋਂਦਰੀ ਭਰਜਾਈ ਵੀ ਸੋਚਦੀ ਹੋਣੀ ਹੈ ਕਿ ਸ਼ਾਇਨਾ ਆਪਣੇ ਘਰ ਕਿਉਂ ਨਹੀਂ ਜਾਂਦੀ। ਭਤੀਜੇ ਦੀ ਗੱਲ ਸੁਣ ਕੇ ਉਹ ਇੱਕਦਮ ਉਦਾਸ ਹੋ ਗਈ ਸੀ ਅਤੇ ਉਹਨੂੰ ਵੰਸ਼ ਉੱਪਰ ਬਹੁਤ ਗੁੱਸਾ ਆਇਆ ਸੀ ਕਿ ਉਹ ਹੁਣ ਤੱਕ ਉਹਨੂੰ ਲੈਣ ਕਿਉਂ ਨਹੀਂ ਆਇਆ। ਪਿਛਲੇ ਸਾਲਾਂ ਵਿੱਚ ਜਦੋਂ ਵੀ ਉਹ ਥੋੜ੍ਹਾ ਬਹੁਤ ਗੁੱਸੇ ਹੋ ਕੇ ਆਉਂਦੀ ਤਾਂ ਵੰਸ਼ ਮਗਰ ਆ ਜਾਂਦਾ ਸੀ ਜਾਂ ਫਿਰ ਮੰਮੀ ਡੈਡੀ ਵਿੱਚੋਂ ਇੱਕ ਜਣਾ ਫੋਨ ਕਰ ਦਿੰਦਾ ਸੀ, ਪਰ ਇਸ ਵਾਰ ਨਾ ਕੋਈ ਫੋਨ ਆਇਆ ਅਤੇ ਨਾ ਹੀ ਕੋਈ ਲੈਣ ਆਇਆ। ਕੰਧ ਨਾਲ ਢੋ ਲਾ ਕੇ ਬੈਠੀ ਨੇ ਉਹਨੇ ਹਨੇਰੇ ਵਿੱਚ ਆਪਣਾ ਫੋਨ ਸਿਰਹਾਣੇ ਹੇਠੋਂ ਕੱਢਿਆ। ਵੰਸ਼ ਦਾ ਨੰਬਰ ਸਪੀਡ ਡਾਇਲ ਕਰਦੀ ਕਰਦੀ ਨੇ ਉਂਗਲਾਂ ਦੇ ਪੋਟਿਆਂ ਨੂੰ ਥਾਵੇਂ ਹੀ ਰੋਕ ਲਿਆ। ਸ਼ਾਇਦ ਮੈਂ ਹੀ ਇੰਨੀ ਜ਼ਿੱਦੀ ਹਾਂ, ਵੰਸ਼ ਦਾ ਤਾਂ ਕੋਈ ਕਸੂਰ ਵੀ ਨਹੀਂ, ਪਰ ਜ਼ਿੰਦਗੀ ਤਾਂ ਮੇਰੀ ਆ, ਮੇਰਾ ਆਪਣਾ ਸਰੀਰ ਹੈ, ਆਪਣੇ ਸਰੀਰ ਨੂੰ ਵਰਤਣ ਦੇ ਮੇਰੇ ਆਪਣੇ ਹੱਕ ਹੋਣੇ ਚਾਹੀਦੇ ਨੇ। ਅਤੇ ਸ਼ਾਇਨਾ ਉਦਾਸ ਜਿਹੀ ਹੋਈ ਇੱਕ ਵਾਰ ਫਿਰ ਪਿਛਾਂ ਪਰਤ ਗਈ। ਬਚਪਨ ਤੋਂ ਲੈ ਕੇ ਜਵਾਨੀ ਤੱਕ ਉਹਨੇ ਆਪਣੇ ਦੁਆਲੇ 'ਤੇ ਇੱਕੋ ਹੀ ਗੱਲ ਸੁਣੀ ਸੀ। ਉਹਨੂੰ ਆਪ ਵੀ ਮਹਿਸੂਸ ਹੁੰਦਾ ਸੀ ਕਿ ਉਹ ਸੋਹਣੀਆਂ ਕੁੜੀਆਂ ਦੀ ਕਤਾਰ ਵਿੱਚ ਪਹਿਲੇ ਨੰਬਰ 'ਤੇ ਆਉਂਦੀ ਹੈ। ਤੇਰੀ ਛੋਟੀ ਭੂਆ ਜਵਾਨੀ 'ਚ ਤੇਰੇ ਵਰਗੀ ਸੀ, ਜਦੋਂ ਘਰੋਂ ਬਾਹਰ ਨਿਕਲਦੀ ਸੀ ਤਾਂ ਲੋਕ ਮੁੜ ਮੁੜ ਦੇਖਦੇ ਸੀ। ਬੀਜੀ ਉਹਨੂੰ ਸਾਂਭ ਸਾਂਭ ਕੇ ਰੱਖਦੀ ਸੀ, ਗੋਰਾ ਚਿੱਟਾ ਰੰਗ, ਗਜ਼ ਗਜ਼ ਲੰਮੇ ਵਾਲ, ਲੰਬੀ ਅੱਖ ਅਤੇ ਸਰੀਰ ਐਂ ਜਿਵੇਂ ਮੂਰਤ ਘੜੀ ਹੋਵੇ, ਸ਼ਾਇਨਾ ਦੀ ਮਾਂ ਅਕਸਰ ਕਹਿੰਦੀ ਹੁੰਦੀ ਸੀ। ਚੱਲ ਹੁਣ ਉਮਰ ਦੇ ਨਾਲ ਸਰੀਰ ਵੀ ਉਹੋ ਜਿਹਾ ਨਹੀਂ ਰਿਹਾ, ਫਿਰ ਜਵਾਕਾਂ ਤੋਂ ਬਾਅਦ ਬੰਦਾ ਉਹੋ ਜਿਹਾ ਰਹਿੰਦਾ ਵੀ ਨਹੀਂ। ਅਤੇ ਮਾਂ ਦੀ ਗੱਲ ਸੁਣ ਕੇ ਸ਼ਾਇਨਾ ਭੂਆ ਬਾਰੇ ਸੋਚਣ ਲੱਗ ਪੈਂਦੀ। ਭੂਆ ਅਜੇ ਵੀ ਪੂਰੀ ਸੁਨੱਖੀ ਸੀ, ਆਪਣੀ ਉਮਰ ਦੀਆਂ ਔਰਤਾਂ ਵਿੱਚ ਬੈਠੀ ਉਹ ਅੱਜ ਵੀ ਬਾਕੀਆਂ ਨਾਲੋਂ 20 ਵਾਰੀ ਛੋਟੀ ਲੱਗਦੀ ਸੀ। ਸ਼ਾਇਨਾ ਅਕਸਰ ਸ਼ੀਸ਼ੇ ਦੇ ਮੂਹਰੇ ਖੜ੍ਹ ਕੇ ਘੰਟਿਆਂ ਬੱਧੀ ਆਪਣੇ ਆਪ ਨੂੰ ਨਿਹਾਰਦੀ ਰਹਿੰਦੀ। ਸੋਹਣਾ ਕੱਪੜਾ ਪਾ ਕੇ ਬਾਹਰ ਜਾਂਦੀ ਤਾਂ ਦੇਖਣ ਵਾਲਾ ਦੂਜੀ ਨਜ਼ਰੇ ਜ਼ਰੂਰ ਦੇਖਦਾ। ਸ਼ਾਇਦ ਇਸੇ ਸੁਹੱਪਣ ਨੇ ਉਹਨੂੰ ਇੰਨਾ ਜ਼ਿੱਦੀ ਕਰ ਦਿੱਤਾ ਸੀ। ਅੱਜ ਪਹਿਲੀ ਵਾਰ ਉਹਨੂੰ ਅਹਿਸਾਸ ਹੋਇਆ ਸੀ ਕਿ ਕੁਝ ਗਲਤੀ ਤਾਂ ਮਾਂ ਦੀ ਵੀ ਸੀ। ਹਰ ਵੇਲੇ ਉਹਨੂੰ ਸੋਹਣਾ ਸੋਹਣਾ ਕਹਿੰਦੀ ਨੇ ਸੱਤਵੇਂ ਅਸਮਾਨ ਚਾੜ੍ਹ ਛੱਡਿਆ ਸੀ। ਜਵਾਨ ਕੁੜੀ ਦਾ ਬਸ ਇੱਕ ਸੋਹਣਾ ਹੋਣਾ ਹੀ ਜ਼ਰੂਰੀ ਨਹੀਂ, ਵੰਸ਼ ਅਕਸਰ ਕਹਿੰਦਾ, ਪਰ ਉਹਨੇ ਤਾਂ ਕਦੇ ਆਪਣੇ ਸੁਹੱਪਣ ਤੋਂ ਬਿਨਾਂ ਕੁਝ ਹੋਰ ਸੁਣਿਆ ਹੀ ਨਹੀਂ ਸੀ। ਵੰਸ਼ ਦੀ ਮੰਮੀ ਦੀਆਂ ਸਹੇਲੀਆਂ ਘਰ ਆਉਂਦੀਆਂ ਅਤੇ ਇੱਕੋ ਗੱਲ ਕਹਿੰਦੀਆਂ, ਸ਼ੀਲਾ ਜੀ, ਸਰਦਾਰਾਂ ਦੀਆਂ ਕੁੜੀਆਂ ਤਾਂ ਬਹੁਤ ਸੋਹਣੀਆਂ ਦੇਖੀਆਂ, ਪਰ ਸ਼ਾਇਨਾ ਨੂੰ ਤਾਂ ਜਿਵੇਂ ਰੱਬ ਨੇ ਰੀਝ ਨਾਲ ਘੜਿਆ ਹੈ। ਅਤੇ ਸ਼ੀਲਾ ਵੀ ਨੂੰਹ ਦੀ ਸਿਫਤ ਸੁਣ ਕੇ ਧਰਤੀ ਤੋਂ ਗਿੱਠ ਉੱਚੀ ਹੋ ਜਾਂਦੀ, ਪਰ ਪਿਛਲੇ ਸਾਲਾਂ ਤੋਂ ਜਿਵੇਂ ਹੌਲੀ ਹੌਲੀ ਰਿਸ਼ਤਿਆਂ ਵਿੱਚ ਕੁਝ ਠੰਡਾ ਹੁੰਦਾ ਜਾ ਰਿਹਾ ਸੀ। ਪੁੱਤ, ਵਿਆਹ ਨੂੰ ਇੰਨੇ ਸਾਲ ਹੋ ਗਏ ਨੇ, ਇੱਕ ਬੱਚਾ ਤਾਂ ਹੁਣ ਨੂੰ ਹੋਣਾ ਚਾਹੀਦਾ, ਸੱਸ ਪਹਿਲਾਂ ਪਹਿਲਾਂ ਪਿਆਰ ਨਾਲ ਸਮਝਾਉਂਦੀ। ਮੰਮੀ, ਮੈਂ ਆਪਣਾ ਸਰੀਰ ਨਹੀਂ ਖਰਾਬ ਕਰਨਾ, ਮੈਨੂੰ ਬੇਬੀ ਨਹੀਂ ਚਾਹੀਦਾ। ਪਰ ਪੁੱਤ, ਹਰ ਕੁੜੀ ਮਾਂ ਬਣਨਾ ਚਾਹੁੰਦੀ ਹੈ। ਮੰਮੀ, ਪਰ ਮੈਂ ਬੱਚਾ ਨਹੀਂ ਮੰਗਦੀ। ਸ਼ੀਲਾ ਨੂੰ ਸ਼ਾਇਨਾ ਦੀ ਕੋਈ ਗੱਲ ਸਮਝ ਨਹੀਂ ਸੀ ਆਉਂਦੀ। ਵੰਸ਼ ਦਾ ਡੈਡ ਵੀ ਕਈ ਵਾਰ ਉੱਠਦਾ ਬੈਠਦਾ ਕੋਈ ਨਾ ਕੋਈ ਗੱਲ ਕੰਨਾਂ ਵਿੱਚ ਕੱਢ ਹੀ ਦਿੰਦਾ ਸੀ। ਵੰਸ਼ ਬੇਟਾ, ਅਸੀਂ ਵੀ ਪੋਤੇ ਪੋਤੀ ਦਾ ਮੂੰਹ ਦੇਖਣ ਨੂੰ ਤਰਸ ਗਏ ਹਾਂ, ਘਰ ਵਿੱਚ ਇੱਕ ਖਿਡੌਣਾ ਆ ਜਾਵੇ ਸਾਡਾ ਵੀ ਦਿਲ ਲੱਗ ਜਾਵੇ। ਪਰ ਵੰਸ਼ ਕੋਲ ਇਹਨਾਂ ਗੱਲਾਂ ਦਾ ਜਵਾਬ ਨਹੀਂ ਸੀ। ਉਹ ਹਮੇਸ਼ਾ ਸ਼ਾਇਨਾ ਨਾਲ ਬੱਚੇ ਦੀ ਗੱਲ ਕਰਦਾ, ਲੈਟਸ ਟਰਾਈ ਫੋਰ ਅ ਬੇਬੀ। ਸ਼ਾਇਨਾ ਬੱਚੇ ਦਾ ਨਾਂ ਸੁਣ ਕੇ ਜਿਵੇਂ ਡਰ ਜਾਂਦੀ, ਨਹੀਂ ਵੰਸ਼, ਮੈਂ ਬੇਬੀ ਨਹੀਂ ਕਰਨਾ, ਇੱਕ ਬੱਚੇ ਦੀ ਖਾਤਰ ਮੈਂ ਆਪਣਾ ਸਰੀਰ ਨਹੀਂ ਖਰਾਬ ਕਰਨਾ ਚਾਹੁੰਦੀ। ਪਿਛਲੇ ਕਈ ਵਰ੍ਹਿਆਂ ਤੋਂ ਉਹਦਾ ਇਹੀ ਜਵਾਬ ਹੁੰਦਾ। ਜੇ ਸ਼ਾਇਦ ਗੱਲ ਉਹਨਾਂ ਦੋਵਾਂ ਦੀ ਹੁੰਦੀ ਤਾਂ ਵੰਸ਼ ਨੂੰ ਇਹ ਗੱਲ ਵੱਡੀ ਨਾ ਲੱਗਦੀ, ਪਰ ਹੁਣ ਗੱਲ ਉਹਦੇ ਮਾਂ ਬਾਪ ਦੀ ਸੀ ਅਤੇ ਉਹ ਚਾਹੁੰਦੇ ਸਨ ਕਿ ਉਹਨਾਂ ਦਾ ਇੱਕੋ ਇੱਕ ਬੱਚੇ ਦਾ ਅਗਾਂਹ ਇੱਕ ਪਰਿਵਾਰ ਬਣੇ। ਪਰ ਸ਼ਾਇਨਾ ਨੂੰ ਆਪਣੀ ਖੂਬਸੂਰਤੀ ਮੂਹਰੇ ਕੁਝ ਹੋਰ ਨਹੀਂ ਸੀ ਦਿਸਦਾ। ਆਪਾਂ ਇੱਕ ਡੌਗੀ ਲੈ ਆਉਂਦੇ ਹਾਂ, ਸ਼ਾਇਨਾ ਭੋਲੇਪਣ 'ਚ ਕਹਿੰਦੀ। ਪਹਿਲਾਂ ਪਹਿਲਾਂ ਇਹ ਗੱਲ ਸੁਣ ਕੇ ਵੰਸ਼ ਨੂੰ ਹਾਸਾ ਆ ਜਾਂਦਾ ਸੀ, ਪਰ ਹੁਣ ਉਹਨੂੰ ਵੀ ਬੱਚੇ ਦੀ ਲੋੜ ਮਹਿਸੂਸ ਹੋਣ ਲੱਗ ਪਈ ਸੀ। ਸ਼ਾਇਨਾ, ਤੇਰਾ ਕਦੇ ਦਿਲ ਨਹੀਂ ਕਰਦਾ ਕਿ ਆਪਣੇ ਘਰ ਇੱਕ ਨਿੱਕਾ ਵੰਸ਼ ਖੇਡਦਾ ਹੋਵੇ ਜਾਂ ਤੇਰੇ ਵਰਗੀ ਪਿਆਰੀ ਜਿਹੀ ਗੁੜੀਆ ਹੋਵੇ? ਘਰ ਵਿੱਚ ਥਾਂ ਥਾਂ ਉਹਦੀਆਂ ਡੋਲਸ ਹੋਣ, ਨਿੱਕੇ ਨਿੱਕੇ ਕੱਪੜੇ ਖਿਡੌਣੇ ਹੋਣ। ਪਰ ਸ਼ਾਇਨਾ ਨੂੰ 9 ਮਹੀਨੇ ਦਾ ਸਫ਼ਰ ਅਤੇ ਵਧੇ ਪੇਟ ਦਾ ਖਿਆਲ ਨਾਲ ਹੀ ਕੰਬਾ ਛਿੜ ਜਾਂਦਾ। ਭਲਾ ਇਹ ਵੀ ਕੀ ਹੈ ਕਿ ਹਰ ਕੁੜੀ ਨੂੰ ਵਿਆਹ ਤੋਂ ਬਾਅਦ ਬੱਚੇ ਜੰਮਣ ਵਾਲੀ ਮਸ਼ੀਨ ਸਮਝ ਲਿਆ ਜਾਵੇ? ਉਹ ਅਕਸਰ ਸੋਚਦੀ। ਨਿੱਕੇ ਨਿੱਕੇ ਬੱਚਿਆਂ ਨੂੰ ਦੇਖ ਕੇ ਉਹਨੂੰ ਘਬਰਾਹਟ ਹੁੰਦੀ। ਉਹਨੂੰ ਮਹਿਸੂਸ ਹੁੰਦਾ ਜਿਵੇਂ ਕੁਦਰਤ ਨੇ ਉਹਨੂੰ ਮਾਂ ਬਣਨ ਲਈ ਪੈਦਾ ਨਹੀਂ ਸੀ ਕੀਤਾ। ਉਹ ਜਿੱਧਰ ਵੀ ਜਾਂਦੀ ਉਹਨੂੰ ਇੱਕੋ ਸਵਾਲ ਦਾ ਸਾਹਮਣਾ ਕਰਨਾ ਪੈਂਦਾ। ਉਹਦੇ ਨਾਲ ਦੀਆਂ ਵਿਆਹੀਆਂ ਸਭੀ ਸਹੇਲੀਆਂ ਦੇ ਇੱਕ ਇੱਕ ਦੋ ਦੋ ਬੱਚੇ ਹੋ ਗਏ ਸਨ। ਕਈ ਵਾਰ ਮਾਂ ਦੇ ਘਰ ਆਉਂਦੀ ਤਾਂ ਮਾਂ ਵੀ ਉਹੀ ਸਵਾਲ ਲੈ ਕੇ ਬੈਠ ਜਾਂਦੀ,
ਪੁੱਤ ਜਿਉਂ ਜਿਉਂ ਉਮਰ ਵੱਧਦੀ ਹੈ ਜਨਾਨੀ ਲਈ ਬੇਬੀ ਕੈਰੀ ਕਰਨਾ ਔਖਾ ਹੋ ਜਾਂਦਾ ਹੈ। ਹੁਣ ਇੱਕ ਬੇਬੀ, ਸਟੋਪ ਇਟ ਮੋਮ, ਬੇਬੀ ਬੇਬੀ, ਸਾਰਾ ਦਿਨ ਇੱਕੋ ਗੱਲ ਸੁਣ ਸੁਣ ਕੇ ਤੰਗ ਆ ਗਈਆਂ, ਜੇ ਇੰਨਾ ਹੀ ਬੇਬੀ ਦਾ ਚਾਹ ਤਾਂ ਆਪ ਲੈ ਲਓ। ਮਾਂ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਉਹ ਮਾਂ ਨੂੰ ਟੁੱਟ ਕੇ ਪੈ ਜਾਂਦੀ। ਉਹਦਾ ਦਿਲ ਕਰਦਾ ਕਿ ਉਹ ਸਾਰੀ ਦੁਨੀਆ ਨੂੰ ਛੱਡ ਕੇ ਕਿਧਰੇ ਚਲੀ ਜਾਵੇ ਜਿੱਥੇ ਇਹ ਬੇਬੀ ਦਾ ਪਾਠ ਉਹਨੂੰ ਸੁਣਨਾ ਨਾ ਪਵੇ। ਮਾਂ ਬਣਨਾ ਉਹਦੇ ਵੱਸ ਦੀ ਗੱਲ ਨਹੀਂ ਸੀ। ਵੰਸ਼, ਆਪਾਂ ਇੱਕ ਬੱਚਾ ਗੋਦ ਕਿਉਂ ਨਹੀਂ ਲੈ ਲੈਂਦੇ? ਇੱਕ ਦਿਨ ਉਹਨੇ ਵੰਸ਼ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਗੋਦ ਲੈਣ ਬਾਰੇ ਤਾਂ ਸੋਚੀਏ ਜੇ ਆਪਾਂ ਆਪਣਾ ਬੱਚਾ ਨਾ ਲੈ ਸਕਦੇ ਹੁੰਦੇ। ਵੰਸ਼ ਕੋਲ ਆਪਣਾ ਤਰਕ ਸੀ। ਪਰ ਮੈਂ ਇੱਕ ਬੱਚੇ ਦੀ ਖਾਤਰ ਆਪਣਾ ਆਪ ਨਹੀਂ ਖਰਾਬ ਕਰ ਸਕਦੀ। ਤੂੰ ਦੇਖਿਆ ਨਹੀਂ ਸਾਰੀਆਂ ਔਰਤਾਂ ਬੇਬੀ ਬਾਅਦ ਕਿੰਨੀਆਂ ਮੋਟੀਆਂ ਹੋ ਜਾਂਦੀਆਂ ਨੇ? ਲੁੱਕ ਐਟ ਮਾਈ ਮੋਮ, ਯੂਅਰ ਮੋਮ ਐਂਡ ਮਾਈ ਭੂਆ, ਦੇ ਆਰ ਆਲ ਫੈਟ। ਸ਼ਾਈਨਾ ਨੇ ਆਪਣਾ ਪਾਸਾ ਰੱਖਿਆ ਸੀ। ਸੱਚ ਅ ਚਾਈਲਡਿਸ਼ ਥਿੰਕਿੰਗ। ਵੰਸ਼ ਨੂੰ ਉਸ ਦਿਨ ਸ਼ਾਇਦ ਪਹਿਲੀ ਵਾਰ ਸ਼ਾਈਨਾ ਉੱਪਰ ਗੁੱਸਾ ਆਇਆ ਸੀ ਅਤੇ ਹੌਲੀ ਹੌਲੀ ਘਰ ਦਾ ਸਾਰਾ ਮਾਹੌਲ ਹੀ ਵਿਗੜਦਾ ਜਾ ਰਿਹਾ ਸੀ। ਜੇ ਵੰਸ਼ ਇੰਡੀਆ ਹੁੰਦਾ ਮੈਂ ਤਾਂ ਹੁਣ ਨੂੰ ਇਹਦਾ ਦੂਜਾ ਵਿਆਹ ਕਰ ਦਿੰਦੀ। ਇੱਕ ਦਿਨ ਉਹਨੇ ਵੰਸ਼ ਦੀ ਮਾਂ ਨੂੰ ਕਹਿੰਦੇ ਸੁਣ ਲਿਆ ਸੀ ਅਤੇ ਵੰਸ਼ ਦੇ ਦੂਰ ਹੋਣ ਦੇ ਇੱਕ ਖਿਆਲ ਨਾਲ ਹੀ ਉਹਨੂੰ ਦੁਨੀਆ ਸੁੰਨੀ ਜਿਹੀ ਲੱਗਣ ਲੱਗ ਪਈ ਸੀ। ਕਿੰਨੀਆਂ ਰਾਤਾਂ ਉਹ ਸੌਂ ਨਹੀਂ ਸੀ ਸਕੀ। ਵੰਸ਼, ਤੂੰ ਮੈਨੂੰ ਇੱਕ ਬੱਚੇ ਲਈ ਛੱਡੇਗਾ ਤਾਂ ਨਹੀਂ? ਇੱਕ ਦਿਨ ਅੱਧੀ ਰਾਤ ਨੂੰ ਉਹਨੇ ਵੰਸ਼ ਨੂੰ ਹਲੂਣਦਿਆਂ ਪੁੱਛਿਆ ਸੀ। ਮੈਂ ਤੈਨੂੰ ਛੱਡਣਾ ਨਹੀਂ ਚਾਹੁੰਦਾ, ਆਈ ਲਵ ਯੂ, ਪਰ ਤੈਨੂੰ ਵੀ ਤਾਂ ਜ਼ਿੰਦਗੀ 'ਚ ਪ੍ਰੈਕਟੀਕਲ ਹੋਣਾ ਚਾਹੀਦਾ। ਇਹ ਕੀ ਜ਼ਿੱਦ ਫੜੀ ਹੋਈ ਹੈ ਕਿ ਬੱਚਾ ਨਹੀਂ ਲੈਣਾ? ਬੱਚਾ ਤਾਂ ਹਰ ਮੁੰਡੇ ਕੁੜੀ ਲਈ ਇੱਕ ਸੁਪਨੇ ਵਾਂਗ ਹੁੰਦਾ। ਪਰ ਮੈਂ ਮਾਂ ਬਣਨ ਦੇ ਕਾਬਲ ਨਹੀਂ ਹਾਂ, ਮੇਰੇ ਅੰਦਰ ਮਾਂ ਵਾਲੀਆਂ ਫੀਲਿੰਗਸ ਹੀ ਨਹੀਂ ਜਾਗਦੀਆਂ। ਸ਼ਾਈਨਾ ਜਿਵੇਂ ਰੋ ਪਈ ਸੀ। ਸ਼ਾਈਨਾ, ਕੋਈ ਵੀ ਔਰਤ ਮਾਂ ਬਣਨ ਤੋਂ ਪਹਿਲਾਂ ਉਹ ਸਾਰਾ ਕੁਝ ਮਹਿਸੂਸ ਨਹੀਂ ਕਰਦੀ। ਬੱਚੇ ਦੇ ਜਨਮ ਤੋਂ ਬਾਅਦ ਹੀ ਉਹ ਮਾਂ ਬਣਦੀ ਹੈ। ਪਰ ਜੇ ਤੂੰ ਚਾਹੇ ਤਾਂ ਆਪਾਂ ਮੈਰਿਜ ਕਾਉਂਸਲਰ ਨਾਲ ਗੱਲ ਕਰ ਲੈਂਦੇ ਹਾਂ, ਕਿਉਂਕਿ ਤੂੰ ਬੱਚਾ ਨਹੀਂ ਚਾਹੁੰਦੀ ਪਰ ਮੈਨੂੰ ਆਪਣਾ ਬੱਚਾ ਚਾਹੀਦਾ। ਸ਼ਾਇਦ ਉਸ ਰਾਤ ਪਹਿਲੀ ਵਾਰ ਉਹਨੂੰ ਵੰਸ਼ ਆਪਣੇ ਤੋਂ ਦੂਰ ਹੁੰਦਾ ਜਾਪਿਆ ਸੀ, ਪਰ ਉਹਨੂੰ ਯਕੀਨ ਸੀ ਕਿ ਅੱਜ ਤੱਕ ਵੰਸ਼ ਨੇ ਉਹਦੀ ਹਰ ਜ਼ਿੱਦ ਪੂਰੀ ਕੀਤੀ ਹੈ ਅਤੇ ਇਹ ਵੀ ਕਰ ਦੇਵੇਗਾ। ਅਤੇ ਉਸ ਦਿਨ ਉਹ ਗੁੱਸੇ ਹੋ ਕੇ ਆਪਣੀ ਮਾਂ ਦੇ ਘਰ ਆ ਗਈ ਸੀ ਅਤੇ ਸ਼ਾਮ ਤੱਕ ਵੰਸ਼ ਉਹਨੂੰ ਮੋੜ ਕੇ ਘਰ ਲੈ ਗਿਆ ਸੀ। ਪਰ ਇਸ ਵਾਰ 15 ਦਿਨ ਲੰਘ ਗਏ ਸੀ, ਨਾ ਵੰਸ਼ ਨਾ ਉਹਦਾ ਫੋਨ ਆਇਆ ਅਤੇ ਨਾ ਹੀ ਮੰਮੀ ਡੈਡੀ ਨੇ ਸੁੱਖ ਸਾਂਦ ਪੁੱਛੀ ਸੀ। ਉਹਨੂੰ ਮਹਿਸੂਸ ਹੋਇਆ ਜਿਵੇਂ ਵੰਸ਼ ਉਹਦੇ ਤੋਂ ਕੋਹਾਂ ਦੂਰ ਚਲਿਆ ਗਿਆ ਹੋਵੇ। ਇੱਕ ਡਰ ਨਾਲ ਉਹਦੀ ਦੇਹ ਕੰਬਣ ਲੱਗ ਪਈ। ਹਨੇਰੇ ਵਿੱਚ ਉਹਨੇ ਘਰ ਦੇ ਅੰਦਰ ਕਮਰਿਆਂ ਵਿੱਚ ਪਏ ਘਰ ਦੀ ਜੀਆਂ ਬਾਰੇ ਸੋਚਿਆ। ਜਿਸ ਦਿਨ ਦੀ ਉਹ ਆਈ ਸੀ ਉਹਦੇ ਡੈਡ ਨੇ ਪਹਿਲੇ ਦਿਨ ਹੀ ਉਹਨੂੰ ਚੰਗੀ ਤਰ੍ਹਾਂ ਬੁਲਾਇਆ ਸੀ, ਪਰ ਹੁਣ ਉਹ ਸ਼ਾਈਨਾ ਦੇ ਸਾਹਮਣੇ ਘੱਟ ਹੀ ਆਉਂਦੇ। ਮੰਮੀ ਪਹਿਲੇ 2-4 ਦਿਨ ਪੁੱਤ ਕਰਦੀ ਰਹੀ ਸੀ, ਪਰ ਹੁਣ ਮੰਮੀ ਦੇ ਬੋਲਾਂ ਵਿੱਚ ਵੀ ਰੁੱਖਾਪਣ ਆ ਗਿਆ ਸੀ, ਜਾਂ ਉਹਨੂੰ ਸਿਰਫ ਇਹ ਮਹਿਸੂਸ ਹੀ ਹੁੰਦਾ ਸੀ। ਵੱਡੇ ਭਰਾ ਭਰਜਾਈ ਨੇ ਤਾਂ ਸ਼ਾਇਦ ਪਹਿਲੇ ਦਿਨ ਤੋਂ ਹੀ ਉਹਦੇ ਤੋਂ ਇੱਕ ਦੂਰੀ ਜਿਹੀ ਰੱਖੀ ਸੀ ਅਤੇ ਤਿੰਨੇ ਭਤੀਜੇ ਅਜੇ ਛੋਟੇ ਸਨ, ਫਿਰ ਵੀ ਕਈ ਵਾਰ ਪੁੱਛ ਲੈਂਦੇ, ਭੂਆ ਆਪਣੇ ਘਰ ਕਦੋਂ ਜਾਣਾ, ਜਾਂ ਫਿਰ ਭੂਆ ਫੁੱਫੂ ਕਿਉਂ ਨਹੀਂ ਆਇਆ। ਅੱਜ ਤਾਂ ਸੱਚਮੁੱਚ ਹੀ ਉਹਨੂੰ ਆਪਣਾ ਆਪ ਵਾਧੂ ਜਿਹਾ ਲੱਗਾ ਸੀ ਜਦੋਂ ਉਹਦੀ ਮਾਂ ਨੂੰ ਕਹਿੰਦਿਆਂ ਸੁਣਿਆ ਸੀ, ਸ਼ਾਈਨਾ ਦੇ ਡੈਡੀ ਤੁਸੀਂ ਭਾਈ ਸਾਹਿਬ ਨਾਲ ਗੱਲ ਕਰੋ, ਕਿੰਨਾ ਚਿਰ ਇਹਨੂੰ ਇਉਂ ਘਰ ਰੱਖਾਂਗੇ, ਕੁੜੀਆਂ ਆਪਦੇ ਘਰ ਹੀ ਸੱਜਦੀਆਂ ਨੇ, ਮਸਾਂ ਇੱਕ ਵਾਰ ਵਿਆਹ ਹੁੰਦੀਆਂ ਨੇ। ਇਹ ਸਾਰਾ ਕੁਝ ਤੇਰੇ ਲਾਡ ਪਿਆਰ ਦਾ ਹੀ ਨਤੀਜਾ ਹੈ। ਉਦੋਂ ਮੈਂ ਬਥੇਰਾ ਕਹਿੰਦਾ ਸੀ ਕਿ ਕੁੜੀਆਂ ਨੂੰ ਜ਼ਰਾ ਖਿੱਚ ਕੇ ਰੱਖਿਆ ਕਰ, ਪਰ ਨਹੀਂ, ਤੂੰ ਹੀ ਇਹਦੀਆਂ ਗਲਤੀਆਂ 'ਤੇ ਪਰਦਾ ਪਾਉਂਦੀ ਰਹਿੰਦੀ ਸੀ, ਹੁਣ ਭੁਗਤ। ਡੈਡ ਤੋਂ ਉਹਨੂੰ ਇਹ ਉਮੀਦ ਨਹੀਂ ਸੀ। ਸ਼ਾਈਨਾ ਨੂੰ ਦਿਲ ਬੈਠਦਾ ਜਿਹਾ ਮਹਿਸੂਸ ਹੋਇਆ। ਸਿਰਹਾਣੇ ਪਈ ਪਾਣੀ ਵਾਲੀ ਬੋਤਲ ਨੂੰ ਹੱਥ ਪਾਇਆ। ਬੋਤਲ ਸ਼ਾਇਦ ਖਾਲੀ ਸੀ, ਅੱਜ ਮਾਂ ਨੂੰ ਚੇਤਾ ਭੁੱਲ ਗਿਆ ਸੀ, ਨਹੀਂ ਤਾਂ ਹਰ ਰਾਤ ਮਾਂ ਕਹਿ ਕੇ ਸੌਂਦੀ ਸੀ, ਪੁੱਤ ਪਾਣੀ ਕੋਲ ਰੱਖ ਲਿਆ, ਅੱਧੀ ਰਾਤ ਨੂੰ ਪਿਆਸ ਲੱਗੀ ਤਾਂ ਕਿਤੇ ਹੇਠਾਂ ਕਿਚਨ ਨੂੰ ਜਾਵੇਂਗੀ। ਉਹ ਮਸਾਂ ਹੀ ਉੱਠੀ, ਪੋਲੇ ਪੈਰੀਂ ਡਰ ਡਰ ਕੇ ਪੌੜੀਆਂ ਉਤਰਨ ਲੱਗੀ, ਜਿਵੇਂ ਥੋੜ੍ਹੇ ਜਿਹੇ ਖੜਾਕ ਨਾਲ ਘਰ ਦਾ ਕੋਈ ਜੀ ਜਾਗ ਜਾਏਗਾ ਅਤੇ ਉਹਨੂੰ ਕੁਛ ਪੁੱਛ ਲਏਗਾ। ਕੱਲ੍ਹ ਰਾਤ ਵੀ ਜਦੋਂ ਬਾਥਰੂਮ ਜਾਣ ਲੱਗੀ ਸੀ ਤਾਂ ਵੱਡਾ ਭਰਾ ਜਾਗ ਗਿਆ ਸੀ, ਤੈਨੂੰ ਤਾਂ ਵਿਹਲੀ ਨੂੰ ਨੀਂਦ ਨਹੀਂ ਆਉਂਦੀ, ਪਰ ਅਸੀਂ ਸਵੇਰੇ ਕੰਮਾਂ 'ਤੇ ਜਾਣਾ। ਕੱਲ੍ਹ ਰਾਤ ਨੂੰ ਵੀ ਉਹਨੂੰ ਰੋਣਾ ਜਿਹਾ ਆਇਆ ਸੀ, ਇਹ ਲੋਕ ਕਿਹੜੇ ਵੇਲੇ ਇੰਨੇ ਬਦਲ ਗਏ ਸਨ, ਉਹਨੂੰ ਸਮਝ ਨਹੀਂ ਸੀ ਆ ਰਹੀ। ਦੁੱਖ ਪੌੜੀਆਂ ਉਤਰ ਕੇ ਉਹ ਵਾਪਸ ਆ ਗਈ ਸੀ। ਖਾਲੀ ਬੋਤਲ ਵਿੱਚੋਂ ਪਾਣੀ ਦੀਆਂ ਆਖਰੀ ਬੂੰਦਾਂ ਨਾਲ ਉਹਨੇ ਆਪਣੇ ਬੁੱਲ ਗਿੱਲੇ ਜਿਹੇ ਕਰ ਲਏ ਸਨ। ਮੈਂ ਇੱਥੇ ਕਰਨ ਕੀ ਆਈ ਹਾਂ, ਜਦਕਿ ਮੇਰਾ ਆਪਣਾ ਘਰ ਵੀ ਹੈ, ਉਹਨੇ ਆਪਣੇ ਆਪ ਨੂੰ ਸਵਾਲ ਕੀਤਾ। ਮੁੜ ਕੰਧ ਨਾਲ ਢੋਲ ਆਉਂਦੀ ਨੇ ਆਪਣੇ ਘਰ ਬਾਰੇ ਸੋਚਿਆ। ਅਜੇ 2 ਕੁ ਵਾਰੀ ਪਹਿਲਾਂ ਹੀ ਵੰਸ਼ 'ਤੇ ਉਹਨੇ ਨਵਾਂ ਘਰ ਬਣਾਇਆ ਸੀ, ਘਰ ਦੀ ਇੱਕ ਇੱਕ ਨੁੱਕਰ ਉਹਨੇ ਆਪਣੀ ਮਰਜ਼ੀ ਨਾਲ ਸਜਾਈ ਸੀ। ਪੁੱਤ, ਅਸੀਂ ਤਾਂ ਹੁਣ ਰਿਟਾਇਰ ਹੋ ਗਏ ਹਾਂ, ਹੁਣ ਤੁਸੀਂ ਆਪਣਾ ਘਰ ਸਾਂਭੋ,
वंश दे डैड ने शाइना दे सिर ते हथ रखदिया कहा सी, साडा की है, असी तो 6 महीने इंडिया जाया करांगे ते 6 महीने इत्थे। शाइना दियां अखां वह तुरियां। व्याह तो बाद कुड़ियां इउं वी पराईयां हो जांदियां होणगियां, उहने कदे सोचिया नहीं सी। उहदा दिल कीता कि बाहर नूं भज जावे, पर बाहरली बर्फ़ दा सोच के उह मुड़ कट्ठी जिही होके बैठ गई। एक पासे ये बेगानापन ते दूजे पासे उहदा अपना घर, पर घर दे नाल नाल उहदे ते वंश विच चल रही बच्चे पिछे लड़ाई। जावे ते जावे किधर नूं? एक बच्चे पिछे अपने एडे सोहणे शरीर की कुरबानी मैं ते नहीं कर सकती। जे किसी नूं मेरी लोड़ ही नहीं तो मैं भी इन्हां रिश्तियां नूं की करना? उन्हें अपने आप नूं हौसला जिहा दिता, पर उह हौसला 2 पल लई सी। वंश बिना उहनूं रहना नहीं सी आउंदा। बचपन तों लैके अज तक वंश उहदा परछावां बन के रहा सी। जे उहने मेरे तों तलाक मंग लिया? इस सोच नाल ही उह सिर तों पैरां तक कंब गई। मुड़ फोन ऑन किया, फोन की लाइट नाल आले दुआले का जायजा लिया। 2 कदम की दूरी ते पईयां अपनियां चीज़ां नूं समेटण लग पई। मेकअप के समान के कोल पिया चाबियां का गुच्छा उहदे हथ लग गया। किधरे खड़का ना होवे उहने चाबियां के गुच्छे नूं चुक के मुठ विच घुट लिया। फोन की लाइट जगाउंदिया उहने चाबियां के गुच्छे नूं ध्यान नाल देखिया। चांदी का छला जिहड़ा पिछली बार इंडिया गई वंश की माँ रीच नाल शाइना लई लैके आई सी। जिस दिन नवें घर की पूजा हुई उस दिन यह छला साड़ी ते सोने दे सैट नाल उन्हें शाइना नूं गिफ्ट किया सी। बेटा ये शगन तेरे लिए है, ए घर बार सारा तेरा ही है, माता राणी तेनू ते वंश नूं खुश रखे। साड़ी ते सोने दे सैट नालों ज़्यादा उह छले नूं देख के खुश हुई सी। कई बार शाइना नूं वंश की माँ उहदी अपनी माँ नालों भी वध प्यार करदी जापदी सी, ताइयों ते उहदी निक्की निक्की चीज़ का ख्याल रखती सी। छिले विच पाईयां चाबियां नूं हौली हौली देखदी दा ध्यान एक चाबी उपर आ के ठहर गया। गुलाबी रंग की चाबी इसे घर दे जिंदरे दी सी, जिहड़ी शाइना ने व्याह तो 2 दिन पहला अपनी माँ नूं फड़ा दित्ती सी, ते माँ ने व्याह वाले दिन शाइना दियां चाबियां विच पा दित्ती सी। पुत, ए ना सोची कि घर हुण पराया हो गया, जद भी तेरा दिल करे आई जाई। उस दिन शाइना माँ दे इस आई जाई दा मतलब नहीं सी समझ सकी। चाबियां दे गुच्छे पिछों गुलाबी रंग की चाबी दे नाल नाल अपने घर की सुनहरी चाबी नूं उह किन्नी देर हत्थां नाल पलोसती रही, ते फिर काले हत्थीं उहने अपनियां चीज़ां इकट्ठियां कीतियां। हैंडबैग दी जिपर नूं पोले जिहे खोलिया, मेकअप दा कुछ बाहर पिया समान हैंडबैग विच रख के मुड़ जिपर बंद करके हंबड़ा जिहा मार के उठी। हौली हौली पौड़ियां उतरदी ने एक बार बंद कमरे वाल झाती मारी, ते हौसला जिहा करके घर दे मूहरले दरवाजे कोल टंगिया अपना ओवरकोट ते स्नो वाले बूट पाउंदियां कई बार अखां चाहे हंझुआं नूं पूंझदियां ते दरवाज़ा खोल के बाहर निकल गई। घर दे दरवाजे नूं बंद करदियां उहनूं चेता आया कि काली विच अपने गर्म दस्ताने ही अंदर छड आई है, पर घर दे अंदर मुड़ना उहनूं ठीक नहीं सी लगा। बाहर डरौना जिहा माहौल सी, बर्फ पैणी शायद कदों दी बंद हो गई सी, पर आला दुआला रात दे हनेरे विच दिन वांग चमक रिहा सी। हैंडबैग कार विच सुट्टदियां उहने कार स्टार्ट कीती। सामने खिड़की विच उहनूं इक परछावां हिलदा दिसिया। शायद माँ होवे, शायद हुणे माँ आएगी ते कहेगी कि पुत अद्धी रात नूं इन्नी सनोच घरों बाहर जाना ठीक नहीं, आके पै जा, सवेरे चलदे आं, वंश नूं समझा देंगे, एड्डी वी कीड़ी मुश्किल आ जिहड़ी गल कीती सुलझाई नहीं जा सकती। ठंडी कार स्टार्ट हुंदिया 9-10 मिंट लग गए, परछावां अजे उत्थे ही खड़ा सी। उहनूं समझ नहीं सी आ रही कि उह कार गर्म होण दी उड़ीक कर रही सी जां उस परछावें दे हिलण दी। गर्म हो रही कार विचों उतर के उन्हें एक बार फिर परछावें वल देखिया। विंडशील्ड उपर पई बर्फ नूं हत्थां नाल हटाया ते मुड़ कार विच आ बैठी। परछावां हिलिया सी, शायद माँ दी ममता ज़्यादा चिर यह सब कुछ देख नहीं सी सकी। एक पल लई शाइना दे चेहरे ते मुस्कान जिही आई। उन्हें घड़ी नूं देखे बिना घड़ियां पलां दा हिसाब किया। 1 मिंट, 2 मिंट, 3 मिंट। माँ हुण खिड़की कोलों हुंदी हुई दरवाजे तक आ गई होणी है। दरवाजे तो पौड़ियाँ, पौड़ियाँ तो फ्रंट डोर, ते हुणे दरवाज़ा खुलेगा माँ आवाज़ मारेगी। उहने कार दा शीशा हेठां कीता कि अजिहा ना होवे कि माँ आवाज़ मारे ते उहनूं सुणे ही ना, पर अजिहा कुछ नहीं सी होया। दरवाज़ा नहीं सी खुलिया। उहने मुड़ उपर नूं देखिया, हुण 2 परछावें खिड़की कोल आ खड़ोए सी। उहदा दिल कीता उह भुब मार के रोवे, पर उह रोई नहीं सी। उन्हें अपने आप नूं संभालिया, ठंडे ठार हत्थां नाल स्टेयरिंग व्हील नूं घुमाया, कार बैक करन लगी दे
दिमाग 'च कई बार आया कि अंदरों जाके अपने ग्लव्स चुक लियावे, पर उहदी हिम्मत ने जवाब दे दिता सी। कार बैक करदी करदी ने पता नहीं की सोच के कार पार्क विच ला दित्ती। चाबियां दे गुच्छे नूं टोया, गुलाबी रंग दी चाबी नूं ठंडे हत्थां नाल बाकी चाबियां नालों अलग कीता ते उहनूं मम्मी दे बोल चेते आए, पुत जद दिल करे आई जाई। ਉਹ ਹੌਲੀ ਜਿਹੀ ਕਾਰ ਵਿੱਚੋਂ ਨਿਕਲ ਕੇ ਘਰ ਵੱਲ ਨੂੰ ਮੁੜੀ। ਸਨੋਅ ਵਿੱਚ ਧਸਦੇ ਜਾਂਦੇ ਉਹਦੇ ਕਦਮਾਂ ਵਿੱਚ ਇੱਕ ਅਜੀਬ ਜਿਹੀ ਕਾਲੀ ਸੀ। ਘਰ ਦੇ ਦਰਵਾਜ਼ੇ ਦੀਆਂ ਦੋ ਪੌੜੀਆਂ ਚੜ੍ਹ ਕੇ ਉਹਨੇ ਦਰਵਾਜ਼ੇ ਮੂਹਰੇ ਪਏ ਗਮਲੇ ਨੂੰ ਟੇਢਾ ਕੀਤਾ। ਗੁਲਾਬੀ ਰੰਗ ਵਾਲੀ ਚਾਬੀ ਗਮਲੇ ਦੇ ਹੇਠਾਂ ਰੱਖ ਕੇ ਉਹ ਕਾਲੇ ਕਦਮੇ ਮੁੜ ਕਾਰ ਵਿੱਚ ਆਣ ਬੈਠੀ। ਗਰਮ ਕਾਰ ਦਾ ਹੀਟਰ ਤੇਜ਼ ਕੀਤਾ। ਕਾਰ ਮੋੜਦੀ ਨੇ ਕਈ ਵਾਰ ਸੋਚਿਆ ਕਿ ਇੱਕ ਵਾਰ ਉਹਨਾਂ ਦੋ ਪਰਛਾਵਿਆਂ ਵੱਲ ਦੇਖੇ, ਪਰ ਹੁਣ ਉਹਦਾ ਪੂਰਾ ਧਿਆਨ ਆਪਣੇ ਘਰ ਵੱਲ ਨੂੰ ਜਾਂਦੀ ਸੜਕ ਵੱਲ ਸੀ।